लो भी भंडारी कार बाजार ते अज दा स्टॉक जी 1470 दी किसी भी डीलर को शर्त ना कह सकदा नहीं खड़ी होगी। बिल्कुल जीरो मीटर है जी, चार दिन पुरानी आ। ते भाई स्कॉर्पियो एक नहीं दो नहीं पांच पांच सात सात मिलनगियां जीरो उदों तक जिन्नी मर्जी वेख लो। i20 तुहानू पुरानी शेप दे विच नवीं शेप दे विच 14 मॉडल तो लैके 23 मॉडल तक टेबल दे उत्ते सर तुसीं 30% दिओ 12 मॉडल कार तो लैके ते 23 मॉडल तक 1570 आपां इहदा रेट रख्या जी। ठीक है, बाकी एक हुण वीवो दे इत्थे कहणगे वी जीरो मीटर किदां करता, मीटर नहीं छेड़ता नाले मैं घट घट 25 अपने को भी साहब एक माड़ा अंदाजा दे दो इदा तुरे जाते लगभग जी 7.5 लाख रुपए तो स्टार्ट हो जाओ। ठीक है, तो तुम 13 लाख 13.5 लाख में पहुंच जाओ जी 23 मिनट तक। 25 गड्डिया थोड़ा इतने खड़िया जड़िया ने ब्रीजा मिलनगियां भी घरों तो एक ब्लू लैना है तुम कलर ही नहीं लगा वाइट ग्रे सिल्वर सारे कलर कलर सारे कलर बई एक नहीं दो नहीं 10-10 करेटा मिलनगियां थोड़ा कलर चॉइस के नाल इतने। हाँ जी भी दोस्तों की हाल चाल ने, उम्मीद है सारे वधिया होंगे। मैं हैगा दयाकरन, तुसी देख रहे हो दयाकरन व्लॉग्स। तुहाडे वास्ते फिर असी दोबारा कंटिन्यू कीते ने अपने व्लॉग्स हुण, क्योंकि लद्दाख वाला ट्रिप आपां खत्म कर चुके हैं ते तुसी बहुत सारा प्यार दिता उन्हां वीडियोज़ नूं, ते जिन्हां ने नहीं देखे वो व्लॉग्स जरूर जाके देख लिओ। बहुत तकड़ी सीरीज़ पई है किवें लद्दाख गए, की सिस्टम है, की उत्थे प्रॉब्लम्स आउंदियां ने, की तुसी इंजॉय कर सकदे हो, इस करके वो सारी सीरीज़ पई है। ते फिर आउंदियां तुहाडे वास्ते तुहाडे बहुत सारे मैसेज सी वी भंडारी साहब दा व्लॉग चाहिए, तो मैं क्या फिर शुरू आपां इत्थों ही करदे आं। ते भंडारी साहब पहली ते गल वेलकम अगेन, की हाल चाल? ठीक ठाक हो? बहुत वधिया सर, किवें आ गर्मी जी मेरे वीरां जी? तो व्यूवर्स नूं पहले दसो भी किवें आ गर्मियां दा मजे किवें लै रहे हो? नहीं सर इस टाइम तो जे गर्मियां भी नहीं कह सकते सर्दियां भी नहीं कह सकते, वधिया मौसम है, दोवें चली आ वधिया जी। वधिया ਪ੍ਰਾਜ ਸਾਹਿਬ, ਵੈਸੇ ਤਾਂ ਮੈਂ ਵੀ ਚਲੋ ਲੱਦਾਖ ਚਲੇ ਗਿਆ ਮਹੀਨਾ ਡੇਢ ਹੀ ਹੋ ਗਿਆ ਮੇਰੇ ਹਿਸਾਬ ਨਾਲ, ਮੰਨਦਾ ਆਪਾਂ ਵਲੋਗ ਨਹੀਂ ਪਾਇਆ ਹੈ ਨਾ, ਪਰ ਪ੍ਰਾਜ ਸਾਹਿਬ ਦੇ ਚੈਨਲ 'ਤੇ ਆਲਰੇਡੀ ਚੱਲੀ ਜਾਂਦੇ ਸੀਗੇ ਵਲੋਗ, ਤੁਸੀਂ ਉੱਥੇ ਇਹਨਾਂ ਨੂੰ ਫੋਲੋ ਕਰਕੇ ਦੇਖ ਸਕਦੇ ਹੋ। ਅਤੇ ਅੱਜ ਆਪਣੇ ਕੋਲ ਕੁਛ ਖਾਸ ਕਿ ਸਾਰਾ ਮਿਕਸ ਹੀ ਵਿਖਾਉਣ ਵਾਲੇ, ਮਿਕਸ ਹੀ ਦਿਖਾਵਾਂਗੇ, ਤਕਰੀਬਨ ਸਟੋਕ ਐਤਕਾਂ ਸਾਰਾ ਹੀ ਚੇਂਜ ਹੈ ਜੀ, ਸਾਰਾ ਹੀ ਚੇਂਜ ਹੈ। ਠੀਕ ਹੈ, ਇਸ ਕਰਕੇ ਬਾਈ ਤੁਹਾਨੂੰ ਕਰਦੇ ਹਾਂ ਵੀਡੀਓ ਸ਼ੁਰੂ, ਕਿਉਂਕਿ ਨਵੀਂ ਜਿਹੜੀਆਂ ਗੱਡੀਆਂ ਵਾ ਅਜੇ ਵੀ ਉਹਨਾਂ ਦੀ ਲੁੱਟ ਪਈ ਹੋਈ ਆ, ਵੇਟਿੰਗ ਚੱਲੀ ਜਾਂਦੀ ਹੈ, ਮਿਲ ਨਹੀਂ ਰਹੀਆਂ, ਬੜੇ ਪੰਗੇ ਨੇ ਇਸ ਕਰਕੇ। ਪਰ ਭੰਡਾਰੀ ਸਾਹਿਬ ਕੋਲ ਤੁਹਾਨੂੰ ਹਰੇਕ ਗੱਡੀ ਹਰੇਕ ਬਜਟ ਦੀ ਵਿਦ ਲੋਨ ਫੈਸਿਲਿਟੀ 2 ਘੰਟਿਆਂ ਦੇ ਨਾਲ ਮਿਲ ਜੂਗੀ। ਅਤੇ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ, ਕਿਉਂਕਿ ਲੰਬੀ ਹੋਣ ਵਾਲੀ ਹੈ ਵਲੋਗ, ਕਿਉਂਕਿ ਕਈ ਵਾਰੀ ਬਹੁਤ ਲੰਬਾ ਹੋ ਜਾਂਦਾ, ਉਹ ਕਰਦੇ ਹਾਂ ਸ਼ੁਰੂ ਬਾਹਰੋਂ। ਅਤੇ ਭੰਡਾਰੀ ਸਾਹਿਬ ਪਹਿਲੀ ਤਾਂ ਗੱਲ ਹੈ ਕਿ ਮੈਨੂੰ ਵਿਊਵਰਸ ਨੂੰ ਦੱਸ ਦਿਓ ਵੀ ਕਿੱਥੇ ਲੋਕੇਟਿਡ ਹੋ, ਕਿੰਨੇ ਤੋਂ ਕਿੰਨੇ ਅਵੇਲੇਬਲ ਹੁੰਦੇ ਆ, ਕੀ ਸਿਸਟਮ ਹੈ? ਇਹ ਸਰ ਭੋਗਪੁਰ ਸ਼ਹਿਰ ਹੈ ਜੀ, ਡਿਸਟ੍ਰਿਕਟ ਜਲੰਧਰ। ਜੇ ਤੁਸੀਂ ਜਲੰਧਰੋਂ ਆਉਂਦੇ ਆ ਤਾਂ ਨੈਸ਼ਨਲ ਹਾਈਵੇ ਰੋਡ ਪਠਾਨਕੋਟ ਵਾਲਾ ਲੈਣਾ, ਉੱਥੋਂ 22 ਕਿਲੋਮੀਟਰ ਪ੍ਰੋਪਰ ਭੋਗਪੁਰ ਆਉਂਦਾ, ਭੋਗਪੁਰ ਸ਼ਹਿਰ ਭੰਡਾਰੀ ਕਾਰ ਬਾਜ਼ਾਰ ਤੁਸੀਂ ਲੋਕੇਸ਼ਨ ਲਾ ਲਓ ਜੀ, ਰੋਡ ਦੇ ਉੱਪਰ ਹੀ ਆਪਣਾ ਬਾਜ਼ਾਰ ਆ। ਇਹ ਹੈਗੀ ਜੀ ਜਲੰਧਰ ਸ਼ਹਿਰ ਤੋਂ ਗੱਡੀਆਂ ਆ ਰਹੀਆਂ ਅਤੇ ਪਠਾਨਕੋਟ ਨੂੰ ਜਾ ਰਹੀਆਂ, ਇਹ ਨੈਸ਼ਨਲ ਹਾਈਵੇ ਰੋਡ ਆ। ਠੀਕ ਹੈ, ਪਰ ਟਾਈਮਿੰਗ ਹੈਗੀ ਆ ਜੀ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ, 7 ਡੇਜ਼ ਓਪਨ, ਬਿਲਕੁਲ ਕੋਈ ਛੁੱਟੀ ਨਹੀਂ, ਜਦੋਂ ਮਰਜ਼ੀ ਆਓ। ਠੀਕ ਹੈ, ਅਤੇ ਆਪਾਂ ਬਾਈ ਅੱਜ ਬਾਹਰ ਬਾਈ ਨੇ ਘੱਟ ਰੱਖੀਆਂ ਗੱਡੀਆਂ, ਕਿਉਂਕਿ ਬਾਈ ਨੇ ਅੰਦਰ ਬਹੁਤ ਤਕੜਾ ਸ਼ੋਰੂਮ ਤੁਹਾਨੂੰ ਪਤਾ ਖੋਲਿਆ ਹੋਇਆ ਬਾਹਰ, ਸਰ ਧੁੱਪ ਬਹੁਤ ਹੈ, ਧੁੱਪ ਕਰਕੇ ਮੈਂ ਵੀ ਉਹੀ ਕਹਿਣ ਲੱਗਿਆ ਵੀ ਗੱਡੀਆਂ ਹੀਟ ਹੋ ਜਾਂਦੀਆਂ ਅੰਦਰੋਂ ਅਤੇ ਖਰਾਬ ਹੋ ਜਾਂਦੀਆਂ। ਅਤੇ ਭੰਡਾਰੀ ਸਾਹਿਬ ਆਪਾਂ ਅੱਜ ਤੁਸੀਂ ਅੱਛਾ ECU ਵੀ ਖੜਾ ਆਪਣੇ ਕੋਲੇ, ਬਿਲਕੁਲ ਜੀ, ਡਿਮਾਂਡ ਸਾਡੇ ਵੀਰ ਕਰਦੇ ਕੋ ਪਿੱਕਾ ਦਿਓ, ਪਿੱਕੇ ਦੇਖੋ ਦੋ ਲਿਆ ਸੀ, ਇੱਕ ਕੱਲ ਸੇਲ ਹੋ ਗਿਆ। ਟੈਕਸੀ ਹੈ? ਹਾਂਜੀ ਸਰ, ਇਹ ਹੁੰਦਾ ਇਹ ਟੈਕਸੀ ਆ। ਠੀਕ ਹੈ, ਇਹਨੂੰ ਸਾਲ ਬਾਅਦ ਟੈਕਸ ਤਰਦੇ ਆ, ਅੱਛਾ, ਲਗਭਗ 6200 ਰੁਪਈਆ ਸਾਲ ਦਾ ਟੈਕਸ ਹੁੰਦਾ ਇਹਦਾ। ਠੀਕ ਹੈ, ਇਹ ਚੇਂਜ ਵੀ ਕਰ ਸਕਦੇ ਕਿ ਇਸ ਨੰਬਰ ਨੂੰ? ਹੁਣ ਜਿਹਦੇ ਨਾਲ ਇੱਕ ਵਾਰੀ ਪੀਲੀ ਪਲੇਟ ਲੱਗ ਗਈ ਇਹ ਇੱਦਾਂ ਰਹਿਣੀ, ਇੱਦਾਂ ਰਹਿਣੀ। ਅੱਛਾ, ਮਤਲਬ ਆਪਾਂ ਇੱਦਾਂ ਦੇ ਦਿੰਦੇ ਹਾਂ। ਅੱਛਾ, ਅਤੇ ਇਹ ਕਿਹੜਾ ਮਾਡਲ ਆ? 15 ਲੱਖ ਵਾਲਾ ਮਾਡਲ ਹੈ ਜੀ, ਨਵਾਂ 15 ਲੱਖ ਰੁਪਏ ਦਾ 2017 ਮਾਡਲ ਆ। ਠੀਕ ਹੈ ਜੀ, ਇਹ ਆਪਾਂ 7,60,000 ਦੇ ਰੇਟ ਰੱਖਿਆ, ਬਾਕੀ ਮੌਕੇ ਬੈਠਾਂਗੇ ਜੋ ਮਾਨਤਨ ਹੋਊਗਾ। ਕੋਈ ਸਪੈਸ਼ਲ ਆਫਰ ਵੀ ਹੈਗੀ ਅੱਜ ਵੀ, ਕੋਈ ਕੋਈ ਐਗਜ਼ੈਕਟ ਪ੍ਰਾਈਸ ਕੋਈ ਕਿ ਮਿਕਸ ਹੀ ਚੱਲੂਗਾ? ਨਹੀਂ ਕੋਈ ਗੱਲ ਨਹੀਂ, ਟੇਬਲ ਟੋਕ ਹੀ ਜਿੱਦਾਂ ਦੇ ਸਾਡੇ ਵੀਰ ਕੋਈ ਦੂਰੋਂ ਵੀ ਆਉਂਦੇ, ਆਪਾਂ ਤਾਂ ਕਿਸੇ ਨੂੰ ਨਾਸ਼ ਨਹੀਂ ਮੋੜਿਆ ਜੀ ਅੱਜ ਤੱਕ। ਠੀਕ ਹੈ, ਇਹ ਭੰਡਾਰੀ ਸਾਹਿਬ ਇਹ ਆ ਗਈ ਜੀ ਹੋਂਡਾ ਦੀ ਬਰੀਓ ਜੀ WRB। ਠੀਕ ਹੈ, 2017 ਮਾਡਲ ਆ, ਅਤੇ ਇਹਦਾ 7 ਹੀ ਆਪਾਂ ਰੇਟ ਰੱਖਿਆ ਜੀ। ਠੀਕ ਹੈ ਬਈ, ਅੰਦਰੋਂ ਵੀ ਦਿਖਾ ਦੇਣਾ, ਬਹੁਤ ਹੀ ਨੀਟ ਐਂਡ ਕਲੀਨ ਕੰਡੀਸ਼ਨ 'ਚ ਗੱਡੀਆਂ ਹੁੰਦੀਆਂ ਬਾਈ ਕੋਲੇ, ਘੱਟ ਚੱਲੀਆਂ ਹੋਈਆਂ, ਸੀਟ ਕਵਰ ਵਗੈਰਾ ਵੀ ਪਏ ਆ, ਅਤੇ ਜ਼ਿਆਦਾ ਤੁਸੀਂ ਇੱਥੇ ਆਣ ਕੇ ਵਿਜ਼ਿਟ ਕਰੋ। ਫਿਰ ਹੀ ਆ ਬਲੈਰੋ ਲਵਰ, ਇਹ ਬਲੈਰੋ ਆ ਗਈ ਜੀ, ਇਹ ਵੀ 2019 ਮਾਡਲ ਆ, ਅਲੋਏ ਵੀਲ ਲੱਗੇ ਹੋਏ ਆ ਬਾਈ ਇਹਨੂੰ, ਕਾਰ ਟੋਟਲੀ ਓਰੀਜਨਲ ਆ, ਕੋਈ ਰੀਪ੍ਰਿੰਟ ਨਹੀਂ ਹੈਗੀ ਕਾਰ। ਠੀਕ ਹੈ, ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਬਾਈ, ਨੀਟ ਐਂਡ ਕਲੀਨ ਸੀਟ ਕਵਰ ਪਏ, ਆਪਾਂ ਰੇਟ ਰੱਖਿਆ, ਬਾਕੀ ਮੌਕੇ ਤੇ ਬੈਠ ਕੇ ਜੋ ਮਾਨਤਾ ਹੋਊਗਾ ਜ਼ਰੂਰ ਕਰਾਂਗੇ। ਉਹ ਵੀ ਕਰ ਰਹੇ। ਠੀਕ ਹੈ, ਇਹ ਸਵਿਫਟ, ਇਹ ਸਵਿਫਟ ਆ ਗਈ ਜੀ ਬਈ, ਮੋਸਟਲੀ ਟਾਇਰ ਅਲੋਏ ਯੋਕੋ ਮਦੇ ਨੂੰ ਪਏ ਨੇ, ਤੇ ਇਹਦੀ ਲਿਸਟ ਬਾਈ ਹੁਣਾਂ ਨੇ ਸ਼ਾਇਦ 2021 ਮਾਡਲ ਹੈ, ਇਹ ਕੱਲ ਹੀ ਰੈਡੀ ਹੋਈਆਂ ਕੁਛ ਕਾਰਾਂ। ਠੀਕ ਹੈ ਜੀ, 2021 ਮਾਡਲ ਆ, ਤੇ ਇਹ 5,80,000 ਰੁਪਏ ਦੀ ਆ ਜੀ। ਠੀਕ ਹੈ, ਇੱਧਰ ਆ ਜੀ i20, ਹੈ ਨਾ, ਇਹ i20 ਆ ਗਏ ਜੀ,
ਹੁਣ ਦੇਖੋ ਧੁੱਪ ਦੇ ਨਾਲ ਪਰਚੀ ਦੇ ਉੱਤੋਂ ਵੀ ਮਿਟਣ ਲੱਗ ਜਾਂਦਾ, ਇਸ ਕਰਕੇ ਕਾਰ ਕੋਸ਼ਿਸ਼ ਕਰੀ ਦੀ ਵੀ ਅੰਦਰ ਹੀ ਲੱਗ ਜਾਵੇ। ਹਾਂ, ਇਹ ਸਵਿਫਟ ਆ ਗਈ 2013 ਮਾਡਲ ਡੀਜ਼ਲ ਦੇ ਵਿੱਚ ਜੀ, 85,000 ਚੱਲੀ ਆ। ਠੀਕ ਹੈ ਬਈ, ਸੀਟ ਕਵਰ ਵਗੈਰਾ ਲੱਗੇ ਹੋਏ ਨੇ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਹੈ, ਮੈਂ ਤਾਂ ਬਾਹਲੀ ਨਹੀਂ ਦਿਖਾਉਣ ਲੱਗਿਆ। 2012 ਮਾਡਲ ਸਵਿਫਟ ਹੈ ਜੀ। ਠੀਕ ਹੈ, ਇਹਦਾ ਵੀ ਪਰਚੀ ਹੈ ਨਹੀਂ, ਹੈ ਨਾ? ਇਹ ਸੋਲਡ ਹੋ ਚੁੱਕੇ, ਇਹ ਸੋਲਡ ਆਊਟ ਆ ਬਾਈ, ਲਿਖਿਆ ਹੁੰਦਾ ਜਿਹੜਾ ਬੰਦਾ ਵੇਖਣ ਚਾਹੂ। ਇਹ ਛੋਟੀ ਕੇਟਨ ਹੈ ਜੀ, 2012 ਮਾਡਲ ਆ, ਹਾਂ 13 ਮਾਡਲ ਹੈ ਜੀ, 270 ਦਾ ਆਪਾਂ ਰੇਟ ਰੱਖਿਆ। ਠੀਕ ਹੈ, ਅਤੇ ਆ ਜਾਓ ਵੀ ਹੁਣ ਅੰਦਰ ਚੱਲਦੇ ਹਾਂ, ਵੀ ਤੁਹਾਨੂੰ ਮੇਨ ਕਾਰਾਂ ਜਿਹੜੀਆਂ ਐਕਚੁਅਲ ਦਿਖਾਉਂਦੇ ਹਾਂ। ਬਾਹਰੋਂ ਮੈਨੂੰ ਸੀ ਵੀ ਚਲੋ ਤੁਹਾਨੂੰ ਪਤਾ ਲੱਗ ਜਾਵੇ ਵੀ ਕਿੱਥੇ ਬਾਈ ਹੋਣੀ ਲੋਕੇਟਿਡ ਨੇ, ਕਿੱਦਾਂ ਨੇ, ਅਤੇ ਬਾਈ ਹੁਣਾਂ ਨੇ ਨਾਲ ਇੱਥੇ ਪੀਜ਼ਾ ਬਰਗਰ ਵੀ ਖੋਲ੍ਹ ਲਿਆ, ਇਹ ਵੀ ਫਾਇਦਾ ਲਿਓ ਹੁਣ ਆਣ ਕੇ। ਬਿਲਕੁਲ ਜੀ, ਨੈਸ਼ਨਲ ਹਾਈਵੇ ਰੋਡ ਦੇ ਉੱਤੇ ਜਲੰਧਰ ਤੋਂ ਚੱਲ ਕੇ ਅਤੇ ਦਸੂਏ ਤੱਕ ਰਸਤੇ 'ਚ ਕੋਈ ਬ੍ਰੇਕ ਨਹੀਂ ਸੀ, ਬ੍ਰੇਕ ਨਹੀਂ। ਅਸੀਂ ਕਿਹਾ ਚਲੋ ਹੁਣ ਸਾਡੇ ਵੀਰ ਜੇ ਨੈਸ਼ਨਲ ਹਾਈਵੇ 'ਤੇ ਚੱਲਦੇ ਆ ਤਾਂ ਕੋਈ ਬ੍ਰੇਕ ਵੀ ਦੇਣੀ ਚਾਹੀਦੀ, ਦੇਣੀ ਚਾਹੀਦੀ। ਇੱਧਰ ਆ ਜਾਈਏ ਅਤੇ ਇੱਧਰ ਨੋਵਾ ਆ, ਪਹਿਲਾਂ ਤਾਂ ਆ ਜਾਂਦੀ ਨਾਲ ਕਿਉਂਕਿ ਹੌਟ ਸੇਲਿੰਗ ਗੱਡੀਆਂ ਨੇ ਇਹ ਵੀ, ਅਤੇ ਇਹ ਨੋਵਾ ਭਾਅ ਜੀ ਕਿਹੜੇ ਵਾਲੀ ਨੇ? ਅਨੋਵਾ ਕ੍ਰਿਸਟਾ ਜੀ। ਓਕੇ, ਇਹ ਫੋਰਚੂਨਰ 2017 ਮਾਡਲ। ਠੀਕ ਹੈ, ਇਹ ਭਣਾਈ ਸਾਹਿਬ ਆਪਣੇ ਕੋਲ ਬਾਲੇ ਚਿਰ ਦੀ ਨਹੀਂ ਖੜੀ, ਇਹ ਸਰ ਵਿਕਣੀਆਂ ਇਹ ਜਿਹੜੀਆਂ ਵੱਡੀਆਂ ਘਰਾਂ ਨਾ ਫੋਰਚੂਨ ਵਗੈਰਾ, ਇਹ ਜਾ ਕੇ ਨਵੰਬਰ ਦਸੰਬਰ ਦੇ ਵਿੱਚ ਜਦੋਂ ਬਾਹਰਲੇ ਵੀਰ ਆਉਂਦੇ ਆ ਇਹਨਾਂ ਦੇ, ਇਹ ਉਹੀ ਪੈਸੇ ਲਾਉਂਦੇ ਆ, ਉਹੀ ਲਾਉਂਦੇ ਜੀ ਪੈਸੇ, ਆਮ ਬੰਦਾ ਨਹੀਂ ਲਾਉਂਦਾ। ਹਾਂ ਬਿਲਕੁਲ ਜੀ, ਅਤੇ ਆਮ ਬੰਦੇ ਵਾਸਤੇ ਸਾਰੀਆਂ ਤੁਸੀਂ ਦੇਖ ਸਕਦੇ ਇੱਥੇ ਵੀ ਖੜੀਆਂ ਨੇ, ਅਤੇ ਟਿਓਸ 2016 ਟੋਟਲੀ ਬੰਪਰ ਟੂ ਬੰਪਰ ਰੀਜਨਲ ਕਾਰ। ਠੀਕ ਹੈ, ਔਰ ਹੋਂਡਾ ਸਿਟੀ 2018 36,000 ਕਿਲੋਮੀਟਰ ਚੱਲੀ ਹੈ ਜੀ, ਪੈਟਰੋਲ ਵਰਜਨ। ਓਕੇ, ਉਸ ਤੋਂ ਬਾਅਦ ਆ ਗਈ ਜੀ ਸਵਿਫਟ। ਮੋਸਟਲੀ ਤੁਹਾਨੂੰ ਗੱਡੀਆਂ ਨੂੰ ਲੋਏ ਵੀ ਸਟਾਇਰ ਲੱਗੇ ਹੋਏ ਮਿਲਣਗੇ ਬਾਈ, 2017 ਮਾਡਲ ਹੈ ਜੀ, ਲਾਈਟਰ ਬਕਟ ਸੀਟ, ਸਕਰੀਨ, ਬੈਕ ਕੈਮਰਾ, ਕ੍ਰੋਮ, ਸਾਫੀ ਕੁੱਲ ਕਾਰ ਨੂੰ ਸਸਰੀ ਲੱਗੀ ਹੈ ਜੀ। ਇਹ ਪਹਿਲੇ ਵਾਲਾ ਮਾਡਲ ਆ ਗਿਆ ਹੈ ਨਾ, ਹੁਣ ਇਹ ਡਿਜ਼ਾਇਰ 16 ਮਾਡਲ ਆ ਗਈ ਜੀ, ਡਿਜ਼ਾਇਰ। ਹਾਂ, ਇੱਕ ਗੱਲ ਮੈਂ ਪਹਿਲਾਂ ਹੀ ਕਲੀਅਰ ਕਰ ਦਿੰਦਾ, ਇੱਥੇ ਬਾਈ ਲੋਨ ਫੈਸਿਲਿਟੀ ਅਵੇਲੇਬਲ ਆ ਟੇਬਲ ਦੇ ਉੱਤੇ। ਲੋਨ ਸਰ ਤੁਸੀਂ 30% ਦਿਓ 12 ਮਾਡਲ ਕਾਰ ਤੋਂ ਲੈ ਕੇ ਅਤੇ 23 ਮਾਡਲ ਤੱਕ, ਜਿਹੜਾ ਮਰਜ਼ੀ ਕਾਰ ਦਾ ਲੋਨ ਕਰਾਓ। ਠੀਕ ਹੈ ਜੀ, ਪੇਪਰ ਡਾਕੂਮੈਂਟ ਆਪਣੇ ਨਾਲ ਲੈ ਕੇ 100% ਪੂਰੀ ਸ਼ੋਰਟੀ ਹੈ, ਮੈਂ ਤੁਹਾਨੂੰ ਸੇਮ ਡੇ ਹੀ ਕਰ ਦਿੰਦਾ। ਡਾਕੂਮੈਂਟ ਕੀ ਕੀ ਚਾਹੀਦੇ? ਪੈਨ ਕਾਰਡ, ਆਧਾਰ ਕਾਰਡ, 1 ਸਾਲ ਦੀ ਬੈਂਕ ਸਟੇਟਮੈਂਟ, 2 ਚੈੱਕ, 1 ਘਰ ਦਾ ਬਿਜਲੀ ਦਾ ਬਿੱਲ, ਜੇ ਕੋਈ ਵੀਰ ਆਪਣੇ ਰਿਟਰਨਾਂ ਤਾਰਦੇ ਆ ਤਾਂ ਰਿਟਰਨਾਂ ਨਾਲ ਲੈ ਕੇ ਆਉਣ, ਜੇ ਮੇਰੇ ਵੀਰ ਕੋਈ ਐਗਰੀਕਲਚਰ ਹੈ ਤਾਂ ਉਹ ਆਪਣੀ ਜ਼ਮੀਨ ਦੀ ਫਰਦ 2-4-5 ਕਿੱਲੇ ਦੀ ਨਾਲ ਲੈ ਆਉਣ, ਅਵਲ ਤਾਂ ਉਹ ਵੀ ਔਨਲਾਈਨ ਨਿਕਲ ਜਾਂਦੀ ਹੈ, ਉਹ ਵੀ ਨਿਕਲ ਜਾਂਦੀ। ਠੀਕ ਹੈ, ਅਤੇ ਸਰਕਾਰੀ ਇੰਪਲਾਈ ਆ, 16 ਨੰਬਰ ਫੋਰਮ ਜਾਂ ਆਪਣੀ ਪੇ ਸਲਿੱਪ, ਉਹਦੇ ਨਾਲ ਹੀ ਹੋ ਜਾਂਦਾ ਬਸ। ਠੀਕ ਹੈ, ਇਸ ਕਰਕੇ ਬਾਈ ਇਹ ਵੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਅਤੇ ਨਿਸ਼ਚਿੰਤ ਹੋ ਕੇ ਆ ਸਕਦੇ ਹੋ, ਅਤੇ ਇੱਧਰ ਆ ਜਾਈਏ। ਇਹ ਹੁਣ ਹੌਲੀ ਹੌਲੀ ਸਰ ਜਿਹੜਾ ਲੋਨ ਦਾ ਪ੍ਰੋਸੈਸ ਵੀ ਹੈ ਨਾ, ਹਾਂਜੀ, ਉਹ ਵੀ ਤੁਹਾਨੂੰ ਸ਼ਾਇਦ ਆਪਾਂ ਅਗਲੀ ਵੀਡੀਓ ਦੇ ਵਿੱਚ, ਯਾਨੀ ਕਿ ਇਸ ਜਿੱਦਾਂ ਆਪਾਂ ਪੇਪਰ ਡਾਕੂਮੈਂਟ ਮੰਗੇ ਨਾ, ਹੁਣ ਸਿਰਫ ਪੈਨ ਕਾਰਡ ਦੇ ਆਧਾਰ ਕਾਰਡ ਦੇਣਾ। ਠੀਕ ਹੈ, ਉਹਨਾਂ ਦੇ ਕੰਪਿਊਟਰ ਦੇ ਉੱਤੇ ਤੁਸੀਂ ਹੱਥ ਨਾਲ ਜਿੱਦਾਂ ਸਿਗਨੇਚਰ ਕਰਨੇ। ਅੱਛਾ, ਬਸ ਡਿਜੀਟਲ ਪਾਸ ਸਾਰਾ ਕੁਝ ਹੀ ਹੋ ਜਾਣਾ। ਅੱਛਾ, ਕਿਆ ਉਹਦੇ ਵਿੱਚ ਤੁਹਾਨੂੰ ਕਿਸ਼ਤ ਵੀ ਮਿਲ ਜਾਏਗੀ ਵੀ ਕਿੰਨੀ ਕਿਸ਼ਤ ਆ, ਸਾਰਾ ਕੁਝ? ਬਿਲਕੁਲ, ਇਹ ਜੀ ਸਨੀ ਆ। ਠੀਕ ਹੈ, ਇਹ ਸਾਰੀ ਟੋਟਲੀ ਕਾਰ ਬ੍ਰੈਂਡ ਨਿਊ ਆ, 36,000 ਕਿਲੋਮੀਟਰ ਕਾਰ, ਬਹੁਤ ਘੱਟ ਚੱਲੀ ਬਾਈ। ਇਹ ਤਾਂ ਲਿਖਿਆ ਹੁੰਦਾ ਸਾਰਾ, ਤੁਸੀਂ ਸਟੋਪ ਕਰ ਕਰਕੇ ਦੇਖ ਲਿਓ ਵੀਡੀਓ ਨੂੰ। ਔਰ ਇਹ ਨੰਬਰ ਵਰਨਾ ਆ ਗਿਆ ਆਪਣੇ ਕੋਲ ਜੀ, 12 ਮਾਡਲ, 1 ਪੁਸ਼ ਬਟਨ ਸਟਾਰਟ ਹੈ, 1 ਪੁਸ਼, 1 ਚਾਬੀ ਵਾਲੀ ਹੈ ਜੀ, ਅਤੇ ਇਹ ਵੀ ਤੁਹਾਨੂੰ ਦੱਸ ਦਿੰਦੇ ਪੰਜਾਬ ਨੰਬਰ ਹੀ ਮੋਸਟਲੀ ਗੱਡੀਆਂ ਹੋਣਗੀਆਂ ਬਾਹਰ ਵਾਲੀ। ਪੰਜਾਬ ਨੰਬਰ ਜੀ, 100% ਕਾਰਾਂ ਪੰਜਾਬ ਨੰਬਰ। ਠੀਕ ਹੈ, ਇਹ ਦੂਜੇ ਵਾਲਾ ਮਾਡਲ ਆ ਗਿਆ, ਇਹ ਫਸਟ ਪਾਰਟੀ ਕਾਰਾਂ, 1 ਪੁਸ਼ ਬਟਨ ਹੈ ਜੀ, 1 ਜਿੱਦਾਂ ਪਹਿਲੇ ਵਾਲੀ ਪੁਸ਼ ਬਟਨ ਸਟਾਰਟ ਹੈ, ਇਹ ਚਾਬੀ ਵਾਲੀ ਆ। ਠੀਕ ਹੈ, ਠੀਕ ਹੈ, ਉਸ ਤੋਂ ਬਾਅਦ ਹੁਣ ਆ ਗਈ ਸਲੈਰੀਓ 2020 ਮਾਡਲ, ਫਿਰ ਸਲੈਰੀਓ ਆਟੋਮੈਟਿਕ ਆ ਗਈ ਜੀ, 17 ਮਾਡਲ। ਅੱਛਾ, ਇਹ 'ਚ ਆਟੋਮੈਟਿਕ ਵੀ ਆਉਂਦੀ ਆ, ਹੈ ਨਾ ਜੀ? ਬਾਈ ਬਹੁਤ ਹੀ ਘੱਟ ਚੱਲੀਆਂ ਹੋਈਆਂ ਕਾਰਾਂ ਨੇ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, 40-50 ਹਜ਼ਾਰ ਤੋਂ ਥੱਲੇ। ਇਹ ਚੀਜ਼ ਦੀ ਗਰੰਟੀ ਹੋਏਗੀ, ਕਾਰ ਮੀਟਰ ਬੈਕ ਕੋਈ ਲੱਗੀ ਵੱਜੀ ਨਿਕਲੇ ਅਤੇ ਕਾਰ ਬਿਨਾਂ ਚੇਕ 15-20 ਦਿਨ ਦੇ ਵਿੱਚ ਮੈਨੂੰ ਕਾਰ ਵਾਪਸ ਕਰ ਦੇਣ। ਠੀਕ ਹੈ ਜੀ, ਇਹ ਵੈਨਿਊ ਆ ਗਈ ਜੀ। ਬਾਈ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਵਗੈਰਾ ਵੀ ਲੱਗੇ ਹੁੰਦੇ ਆ, ਬਾਕੀ ਇਹਨਾਂ ਦਾ ਇੱਕ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ, ਹੈਲੋ ਭੇਜੋ ਅਤੇ ਸਾਰਾ ਲਿੰਕ ਆ ਜਾਓ, 9780-40-800-61 ਹੈਲੋ ਭੇਜੋ, ਲਿੰਕ ਮਿਲ ਜਾਏਗਾ, ਲਿੰਕ ਨੂੰ ਟੱਚ ਕਰੋ, ਖੋਲੋ, ਜਿਹੜੀ ਕਾਰ ਦੇਖਣੀ ਉਹਨੂੰ ਫਿਰ ਦੁਬਾਰਾ ਟੱਚ ਕਰੋ, ਉਹਦਾ ਪੂਰਾ ਵੇਰਵਾ ਆਜੂਗਾ ਵੀ ਕਿੰਨੇ ਕਿਲੋਮੀਟਰ ਚੱਲੀ, ਕਿੰਨੇ ਦੀ ਕਾਰ ਆ, ਸਾਰਾ ਕੁਛ ਉਹਦੇ ਨਾਲ 5 ਸਨੈਪ ਤੁਹਾਨੂੰ ਮਿਲ ਜਾਏਗਾ। ਠੀਕ ਹੈ, ਇੱਕ ਤਾਂ ਕੀਆ ਆ ਗਈ ਜੀ। ਠੀਕ ਹੈ ਬਈ, ਇਸ ਕਰਕੇ ਨਾ ਬੜਾ ਈਜ਼ੀ ਹੈ, ਅਤੇ ਬਾਕੀ ਇੱਥੇ ਵਿਜ਼ਿਟ ਕਰੋ ਜ਼ਿਆਦਾ ਲਈ, ਇਹ ਤੁਸੀਂ ਦੇਖ ਲਓ ਬਿਲਕੁਲ ਆ ਗਈ ਜੀ, ਬ੍ਰੈਂਡ ਨਿਊ ਕੰਡੀਸ਼ਨ 'ਚ, ਮਤਲਬ ਗੱਡੀਆਂ ਅਨਸਕਰੈਚਲੈਸ ਨੇ, ਇਸ ਕਰਕੇ ਮੈਂ ਤੁਹਾਨੂੰ ਤਾਂ ਹੀ ਜ਼ਿਆਦਾ ਨਹੀਂ ਦਿਖਾ ਰਿਹਾ ਕਿਉਂਕਿ ਆਪਾਂ ਨੂੰ ਇਹ ਚੀਜ਼ ਜਿਹੜੇ ਪੁਰਾਣੇ ਰੂਵਿਜ਼ ਆਪਣਾ ਜੁੜੇ ਹੋਏ ਉਹਨਾਂ ਨੂੰ ਪਤਾ ਹੀ ਹੈ ਇਸ ਚੀਜ਼ਾਂ ਦਾ, ਵੀ ਭਨਾਟੀ ਸਾਹਿਬ ਕੋਲ ਕਿੱਦਾਂ ਦੀਆਂ ਗੱਡੀਆਂ ਮਿਲਦੀਆਂ ਨੇ, ਅਤੇ ਇਸ ਕਰਕੇ ਲਾਈਕ ਵੀ ਸ਼ੁਰੂ ਹੋ ਜਾਂਦੀ ਹੈ ਕੋਈ 1.5 ਲੱਖ ਤੋਂ ਗੱਡੀ, ਅਤੇ ਬਾਕੀ ਤੁਸੀਂ ਲੈ ਸਕਦੇ ਹੋ 50 ਲੱਖ 70 ਲੱਖ। ਹੁਣ 22 ਮਾਡਲ ਮਰੂਤੀ ਦੀ ਅਲਟੋ ਜੀ, ਜੋ ਕਿ ਇਸ ਟਾਈਮ ਕਾਰ ਬੰਦ ਹੋ ਚੁੱਕੀ ਸ਼ੋਰੂਮ 'ਚ। ਠੀਕ ਹੈ, ਕਾਰ ਔਨ ਡਿਮਾਂਡ ਹੈ, ਮਿਲ ਨਹੀਂ ਰਹੀ। ਠੀਕ ਹੈ,
ਇਹਦੀ ਕੀ ਡਿਮਾਂਡ ਆ ਭਾਈ ਸਾਹਿਬ ਅੱਜ ਕੱਲ੍ਹ? ਸਰ ਐਕਸਯੂਵੀ ਵੀ ਇਸ ਟਾਈਮ ਬਹੁਤ ਡਿਮਾਂਡ ਆ, ਕਾਰ ਵਧੀਆ ਵਿਕ ਰਹੀ ਆ ਔਰ ਵਧੀਆ ਸੇਲ ਆ ਕਾਰ ਦੀ। ਠੀਕ ਹੈ ਜੀ। ਇਹ ਹੈਗੀ 2018 ਮਾਡਲ, 13 ਲੱਖ ਰੁਪਈਆ ਆਪਾਂ ਰੇਟ ਰੱਖਿਆ, 59,000 ਓਰੀਜਨਲ ਕੰਪਨੀ ਕੋਲ ਨੇ ਚੱਲੀ ਆ। ਚਲੀ ਠੀਕ ਹੈ। ਸਨਰੂਫ ਪਸ਼ਪਨ ਸਟਾਰਟ ਵਾਲਾ ਮਾਡਲ ਸਾਰੇ ਠੀਕ ਹੈ। ਇਹ ਕਿੱਦਾਂ ਸਕਾਰਪੀਓ ਅਜੇ ਵੀ ਹੌਟ ਸੇਲਿੰਗ ਆ? ਸਕਾਰਪੀਓ ਤਾਂ ਉਹੀ ਚੀਜ਼ ਹੈ, ਸਕਾਰਪੀਓ ਨਹੀਂ ਘੱਟ ਰਹੀ, ਘੱਟ ਰਹੀ ਹੈ ਸਕਾਰਪੀਓ ਤਾਂ। ਮੈਂ ਅਜੇ ਕੱਲ੍ਹ ਵੀ ਇਹ ਸੋਨੀਪਤ ਮੇਰੀਆਂ 2 ਗੱਡੀਆਂ ਗਈਆਂ ਔਰ ਇੱਕ ਕਾਰ ਮੇਰੀ ਗਈ ਆ ਸੰਗਰੂਰ, ਉਹ ਇੱਧਰੋਂ ਲੈ ਕੇ ਵੀ ਜਾਣ ਲੱਗ ਗਿਆ ਸੋਨੀ ਪਤ। ਕਾਰ ਮਿਲਦੀ ਨਹੀਂ ਪਈ ਹੁਣ ਕਸਟਮਰ ਕਿਤੇ, ਤਾਂ ਡੋਲ ਲਾਏ ਗਈ। ਠੀਕ ਹੈ। ਇਹਦਾ ਕੀ ਹਿਸਾਬ? 19 ਮਾਡਲ ਹੈ ਜੀ। ਠੀਕ ਹੈ। ਟੋਪ ਮਾਡਲ ਆ, ਇਹ 15.5 ਲੱਖ ਰੁਪਏ ਦੀ ਕਾਰ ਹੈ ਜੀ। ਠੀਕ ਹੈ। ਇਹ i20 ਹੈ ਜੀ। ਠੀਕ ਹੈ ਜੀ। ਇਹ ਵੀ ਟੋਪ ਵਾਲਾ ਮਾਡਲ ਹੈ ਜੀ। ਠੀਕ ਹੈ। ਆਸਤਾ ਆਪਸ਼ਨਲ ਆ ਅਤੇ 16 ਮਾਡਲ ਆ, 6,75 ਦਾ ਆਪਾਂ ਰੇਟ ਰੱਖਿਆ। ਠੀਕ ਹੈ। ਔਰ ਡੀਜ਼ਲ ਵਰਜਨ ਹੈ ਜੀ, ਕਿਉਂਕਿ ਡੀਜ਼ਲ ਵਰਜਨ 'ਚ ਕਾਰ ਬਹੁਤ ਘੱਟ ਲੱਭ ਰਹੀ। ਦੇਖੋ ਡੀਜ਼ਲ ਵਰਜਨ ਦੀ ਕਾਰ ਹੈ, ਉਹ ਕਾਰ ਕਿੰਨੀ ਕਲੀਨ ਆ? ਸਾਰੀ ਕਲੀਨ ਆ ਬਈ ਕਾਰ, ਬਿਲਕੁਲ। ਔਰ ਟਾਇਰ ਬਿਲਕੁਲ ਨਵੇਂ ਆ, ਨਵੇਂ ਅਲਾਏ, ਲੋਕਲ ਜਲੰਧਰ ਦਾ ਨੰਬਰ ਹੈ ਇਹਦਾ। ਠੀਕ ਹੈ ਜੀ। ਇਹ ਭਾਈ ਫੋਰਚੂਨਰ, ਇਹ ਫੋਰਚੂਨਰ ਆ ਗਈ 2017 ਮਾਡਲ ਜੀ। ਠੀਕ ਹੈ। ਇਹ TRD ਕਿੱਟ ਦੇ ਨਾਲ ਆ, ਹੈ ਨਾ? ਹਾਂਜੀ। ਉਸ ਤੋਂ ਫਿਰ i20 ਆ ਗਈ ਜੀ 2016 ਮਾਡਲ। ਇਹ ਕਿੰਨੇ ਦੀ ਆ ਭਾਈ ਸਾਹਿਬ? ਇਹ ਸਰ ਮਰਜ਼ੀ ਆਏਗੀ। ਅੱਛਾ, ਚਲੋ ਕੋਈ ਨਹੀਂ, ਇਹਦਾ ਭਾਈ ਮੈਸੇਜ ਕਰ ਲਿਓ। ਅਤੇ ਇਹ ਆਲਟੋ ਆ ਜੀ, 13 ਮਾਡਲ ਕੇਟਨ ਆ। ਔਰ ਕੇਟਨ ਤੁਹਾਨੂੰ ਇੱਦਾਂ ਦੀ ਸਾਫ਼ ਸੁਥਰੀ ਕਾਰ ਬਹੁਤ ਘੱਟ ਲੱਗੂ, ਸਾਰੀ ਟੋਟਲੀ ਸੀਲਡ ਕਾਰ ਹੈ ਜੀ ਸਾਰੀ। ਸਰ ਠੀਕ ਹੈ। 13 ਮਾਡਲ ਆ, ਇਹ ਲਗਭਗ 2,80,000-85,000 ਦੀ ਰੇਂਜ 'ਚ ਕਾਰ ਹੈ ਜੀ। ਸਰ ਦੋ ਇਹ ਬਣਾਈ ਸਾਹਿਬ, ਇਹ ਆਟੋਮੈਟਿਕ ਦੇ ਵਿੱਚ ਜੀ, ਬੋਕਸ ਪੈਕਿੰਗ ਦੀ MU। ਠੀਕ ਹੈ। 17 ਮਾਡਲ ਜੀ। ਠੀਕ ਹੈ। ਪਰ ਜ਼ਿਆਦਾ ਆਪਣੇ ਕੋਲ ਇਹ ਵਾਈਟ ਕਲਰ ਦੀ ਜ਼ਿਆਦਾ ਡਿਮਾਂਡ ਰਹਿੰਦੀ ਹੈ? ਵੈਗਨਾਰ। ਠੀਕ ਹੈ। 2018। ਠੀਕ ਹੈ। ਇਹ ਆਪਣੀ ਆ ਗਈ ਬਲੀਨੋ ਜੀ। ਮਤਲਬ ਇਸ ਕਰਕੇ ਬਾਈ ਤੁਹਾਨੂੰ ਇੱਦਾਂ ਦੀ ਕੰਡੀਸ਼ਨ ਦੀਆਂ ਨੀਟ ਐਂਡ ਕਲੀਨ ਗੱਡੀਆਂ ਜਿਹੜੀਆਂ ਨੇ ਇੱਥੇ ਮਿਲ ਸਕਦੀਆਂ। ਇਹ ਭਟਾਰੀ ਸਾਹਿਬ, ਇਹ ਜਿੱਦਾਂ ਹੁਣ ਕੱਲ੍ਹ ਆਪਾਂ ਕਾਰਾਂ ਸ਼ਾਮੀ ਆਈਆਂ, ਉਹ ਹੁਣ ਰੈਡੀ ਹੋ ਕੇ ਫਿਰ ਅੰਦਰ ਲੱਗਣਗੇ। ਫਿਰ ਅੰਦਰ ਲੱਗਣਗੇ। ਠੀਕ ਹੈ। ਲਓ ਵੀ ਦੋਸਤੋ, ਤੁਹਾਡੇ ਵਾਸਤੇ ਹੁਣ ਐਕਚੁਅਲ 'ਚ ਖਜ਼ਾਨਾ, ਜਿਹੜੇ ਵਿਊਸ ਕਹਿੰਦੇ ਹੁੰਦੇ ਆ ਵੀ ਕਿੱਥੇ ਗਿਆ, ਇਹ ਆਈ ਸਾਰਾ ਖਜ਼ਾਨਾ ਤੁਸੀਂ ਦੇਖ ਸਕਦੇ ਹੋ। 250+ ਕਾਰ ਤੁਹਾਨੂੰ ਇੱਥੇ ਮਿਲੂਗੀ, ਹਰੇਕ ਤਰ੍ਹਾਂ ਦੀ ਵਰਾਇਟੀ ਮਿਲੂਗੀ। ਅਤੇ ਇਸ ਕਰਕੇ ਐਨੀ ਟਾਈਮ ਆਣ ਕੇ ਤੁਸੀਂ ਇੱਥੇ ਗੱਡੀਆਂ ਲੈ ਸਕਦੇ ਹੋ। ਅਤੇ ਹੁਣ ਆਪਾਂ ਕਰਦੇ ਹਾਂ ਵਲੌਗ ਸ਼ੁਰੂ ਐਕਚੁਅਲ ਵਾਲਾ। ਅਤੇ ਭਾਈ ਸਾਹਿਬ ਕਿੱਥੋਂ ਕਰਨਾ? ਮੈਂ ਕਿਹਾ ਜੀ ਅੱਜ ਆਪਾਂ ਇੱਕ ਛੋਟੇ ਜਿਹੇ ਬਜਟ ਤੋਂ ਕਾਰ ਸਟਾਰਟ ਕਰਦੇ ਹਾਂ ਜੀ। ਸਫਾਰੀ ਲਿਆਏ ਹਾਂ। ਅੱਛਾ ਜੀ। ਔਰ ਸਫਾਰੀ ਦਾ ਜੇ ਮੇਰਾ ਵੀਰ ਕੋ ਕਹਦੇ ਬੰਪਰ ਵੀ ਪੇਂਟ ਹੈ ਤਾਂ ਜੁਰਮਾਨਾ ਵੀ ਲੈ ਲਈਓ ਨਾਲ। ਅੱਛਾ, ਕੀ ਬਾਤ ਹੈ। ਮਾਡਲ 10 ਤਾਂ 10 ਮਾਡਲ ਹੈ। ਮੈਂ ਕਿਹਾ ਜੀ ਤੁਸੀਂ ਕਾਰ ਦੇ ਦੁਆਲੇ 'ਚ ਘੁੰਮ ਕੇ ਦੇਖੋ ਜਰਾ। ਅਤੇ ਕਿੰਨੇ ਕੁ ਦੀ ਹੈ ਭਾਈ ਸਾਹਿਬ ਕਾਰ? ਇਹ ਕਾਰ ਦੇਖੋ ਜੀ, ਕੀ ਬਾਤ ਹੈ। ਟਾਇਰ ਟੂਰ ਅਲੋਏ ਵੀ ਇਹਨੂੰ ਪਏ ਹੋਏ ਆ ਸਾਰੇ, ਅਤੇ ਅੰਦਰੋਂ ਸੀਟ ਕਵਰ ਵਗੈਰਾ ਵੀ ਇਹਨੂੰ ਲੱਗੇ ਹੋਏ ਆ। ਸੀਟ ਕਵਰ ਨਾਲ ਦਾ ਇੰਟੀਰੀਅਰ ਹੈ? ਅੱਛਾ, ਸਾਰਾ ਨਾਲ ਦਾ ਹੀ ਹੈ? ਨਾਲ ਦਾ। ਪਰ ਆਪਣੇ ਵੀਰ NRI ਸੀਗੇ, ਉਹ ਸਾਨੂੰ ਵੱਡੀ ਗੱਡੀ ਲੈ ਗਏ ਅਤੇ ਇਹ ਸਾਨੂੰ ਦੇ ਗਏ। ਅੱਛਾ, ਇਹ ਦੇ ਗਏ। ਠੀਕ ਹੈ। ਅਤੇ ਇਹਦੀਆਂ ਦੋਨੋਂ ਚਾਬੀਆਂ ਨਾਲ। ਅੱਛਾ, ਠੀਕ ਹੈ ਜੀ। ਅਤੇ ਇਹ 2.2 ਆ, ਹੈ ਨਾ? 2.2 ਆ, VVT ਡਾਈਕਰ ਆ। ਕਿਆ ਆਪ ਸਿਰਫ 3,65,000 ਰੁਪਏ ਦੀ, ਔਰ ਨਵੀਂ ਦਾ ਮਤਲਬ ਸਾਰੀ ਨਵੀਂ ਆ। ਜੇ ਇੱਦਾਂ ਕੋਈ ਸਕ੍ਰੈਚ ਵੀ ਹੈਗਾ ਉਹਨੂੰ ਮੈਂ ਛੇੜਿਆ ਇਸੇ ਕਰਕੇ ਨਹੀਂ, ਵੀਰ ਨੂੰ ਗਰੰਟੀ ਦਊਂਗਾ ਵੀ ਬੰਪਰ ਤੱਕ ਰਹੀ ਹੋਣਾ ਜੀ ਕਾਰ ਦੇ। ਠੀਕ ਹੈ। ਪਰ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਕਿਸੇ ਭਰਾ ਕੋ ਡੀਲਰ ਕੋ ਨਹੀਂ ਹੋਣੀ। ਨਹੀਂ ਹੋਣੀ। ਔਰ ਸਾਫ਼ ਸੁਥਰੀ ਕਾਰ ਔਰ ਨਵੀਂ ਕਾਰ। ਨਵੀਂ ਕਾਰ, ਠੀਕ ਹੈ। ਔਰ 3,65,000 ਰੁਪਏ ਦੀ ਕਾਰ ਆਪਾਂ ਰੇਟ ਰੱਖਿਆ, ਬਾਕੀ ਮੌਨਟਨ ਹੋਊਗਾ ਜ਼ਰੂਰ। ਹੋਊਗਾ, ਠੀਕ ਹੈ। ਇਹ ਆ ਗਈ ਜੀ XUV। ਇਹਦੀ ਕਿੱਦਾਂ ਅੱਜ ਕੱਲ੍ਹ ਮਾਰਕੀਟ ਲਾਈਕ? ਫੁੱਲ ਹੈ ਜੀ, ਮਹਿੰਦਰਾ ਤਾਂ ਇਸ ਟਾਈਮ ਪੂਰੀ ਡਿਮਾਂਡ ਆ, ਤਾਂ ਪੂਰੀ ਛਾਈ ਪਈ ਆ ਜੀ। ਛਾਈ ਪਈ, ਠੀਕ ਹੈ। ਇਹ XUV 700 ਆ ਜੀ। ਠੀਕ ਹੈ। ਇਹ ਆ ਗਈ ਪੈਟਰੋਲ ਵਰਜਨ ਦੇ ਵਿੱਚ 2022। ਠੀਕ ਹੈ। ਇਹ ਆਪਾਂ ਕਾਰ ਦਾ 1470 ਰੇਟ ਰੱਖਿਆ ਪੂਰੇ ਪੰਜਾਬ ਦੇ ਵਿੱਚ। XUV 700 1470 ਦੀ ਕਿਸੇ ਵੀ ਡੀਲਰ ਕੋਲ ਸ਼ਰਤ ਨਾਲ ਕਹਿ ਸਕਦਾ ਨਹੀਂ ਖੜੀ ਹੋਊਗੀ। ਨਹੀਂ ਖੜੀ ਹੋਊਗੀ, ਠੀਕ। ਉਹਦਾ ਨਵੀਂ ਕਿੰਨੇ ਦੀ ਭਾਈ ਸਾਹਿਬ? ਇਹ ਨਵੀਂ ਇਸ ਟਾਈਮ ਲਗਭਗ ਜੀ 18 ਲੱਖ ਰੁਪਏ ਨੂੰ ਕਾਰ ਸ਼ੁਰੂ। 18 ਲੱਖ ਰੁਪਏ, ਠੀਕ ਹੈ ਜੀ। ਇਹ ਸਾਰਾ ਕਾਰ ਚੱਲੀ ਸਿਰਫ 4,000। ਉਹ ਮੈਂ ਦੇਖ ਲਿਆ ਮੀਟਰ ਸੱਚੀ, ਮੈਂ ਤਾਂ ਹੀ ਕਿਹਾ ਵੀ ਬਹੁਤ ਘੱਟ ਚੱਲੀਆਂ ਗੱਡੀਆਂ ਦੇ ਭਾਈ ਸਾਹਿਬ। ਇਹ ਮਗਰ ਵਾਲੀਆਂ ਸਾਰੀਆਂ ਵਿਕੀਆਂ ਲੱਗਦੀਆਂ ਮੈਨੂੰ? ਨਹੀਂ ਸਰ, ਜਿੰਨਾ ਦੇ ਵਿੱਚ ਜਿੱਦਾਂ ਹੁਣ ਇਹ ਸੋਲਡ ਹੈ ਜੀ, ਅੱਜ ਦੀ ਡਿਲੀਵਰੀ ਆ, ਉਹ ਵੀ ਸੋਲਡ ਹੈ। ਜਿਹੜੀ ਜਿਹੜੀ ਗੱਡੀ ਸੋਲਡ ਉਹਦੇ ਵਿੱਚ ਲਿਖਿਆ ਪੇਪਰ ਰੱਖਿਆ ਹੋਊਗਾ, ਜਿੱਦਾਂ ਵਰਨਾ ਜਾ ਰਹੀ ਅੱਜ। ਅੱਜ ਉਹ ਵੀ ਜਾ ਰਹੀ, ਠੀਕ ਹੈ। ਇਹ ਫੋਰਚੂਨਰ 1 001 ਵਾਲੀ, 0001 ਦਾ ਨੰਬਰ ਹੈ ਜੀ ਇਹਦਾ। ਨੰਬਰ ਐਕਚੁਲੀ ਰਿਮੂਵ ਹੋਣ ਕਰਕੇ ਕਾਰ ਰੁਕੀ, ਸਲੋ ਕੀਤੀ ਆ। ਠੀਕ ਹੈ। ਅਤੇ ਇਹਦਾ ਨੰਬਰ ਰਿਮੂਵ ਹੋ ਕੇ ਫਿਰ ਜਾਏਗੀ, ਫਿਰ ਜਾਏਗੀ। ਇਹ ਬਾਈ ਤੁਸੀਂ ਦੇਖ ਸਕਦੇ ਹੋ 2020 ਮਾਡਲ ਹੈ, ਅਤੇ ਬਾਕੀ ਨੈਗੋਸ਼ੀਏਬਲ ਹੈ। 30,000 ਚੱਲੀ ਹੈ, 30,000 ਕਾਰ ਚੱਲੀ। ਬੰਪਰ ਤੱਕ ਲਿਖ ਕੇ ਦੇਵਾਂਗਾ ਵੀ ਬੰਪਰ ਵੀ ਕਾਰ ਦਾ ਪੇਂਟ ਨਹੀਂ ਹੋਏ, ਨਹੀਂ ਹੈਗਾ। ਠੀਕ ਹੈ, ਠੀਕ ਹੈ ਜੀ। ਅਤੇ ਇਹ ਵਰਨਾ ਜਾ ਰਹੀ ਹੈ। ਅਤੇ ਆ ਸਕਾਰਪੀਓ ਤੁਸੀਂ ਦੇਖ ਸਕਦੇ ਹਾਂ ਬਾਈ, 3 ਖੜੀਆਂ ਨੇ, ਇੱਕ ਵੀ ਨਹੀਂ, 3 2000 ਜ਼ਿਆਦਾ ਖੜੀਆਂ ਨੇ ਸਕਾਰਪੀਓ ਦੇ ਆਪਣੇ ਕੋਲ। 23 ਮਾਡਲ ਹੈ ਜੀ, 4 ਦਿਨ ਪੁਰਾਣੀ ਆ। 4 ਦਿਨ ਸਿਰਫ ਟਾਇਰ ਲੋਏ ਬਾਈ, ਨਵੇਂ ਪਏ ਆ ਬਿਲਕੁਲ। ਇਹਨੂੰ ਤੁਸੀਂ ਦੇਖ ਸਕਦੇ ਹੋ, ਉਹ ਵੀ ਪਵਾਉਣ ਦੀ ਲੋੜ ਨਹੀਂ। 0 ਮੀਟਰ, 0 ਮੀਟਰ ਹੈ। ਅੱਛਾ, 0 ਮੀਟਰ ਹੈ, ਬਿਲਕੁਲ 0 ਮੀਟਰ ਹੈ ਜੀ। 4 ਦਿਨ ਪੁਰਾਣੀ ਆ, ਸ਼ੋਰੂਮ 'ਚੋਂ ਨਿਕਲ ਕੇ ਆਪਣੇ ਤੱਕ ਪਹੁੰਚੀ ਆ। ਔਰ ਅਸੈਸਰੀ ਲੱਗੀ, ਲਾਈਟਰ ਲੱਗੇ, ਸੀਟ ਮੈਟਿੰਗ ਹੋਈ ਆ,
ਕ੍ਰੋਮ ਮਾੜੀ ਮੋਟੀ ਜੋ ਛੋਟੀ ਮੋਟੀ ਸਾਰੀ ਫੁੱਲ ਲੱਗੀ ਆ ਲੱਗੀ ਆ ਠੀਕ ਹੈ ਇਹ ਆ ਗਈ ਜੀ ਸਕੋਰਪੀਓ 2020 ਮਾਡਲ ਵੀ ਹੈ ਜੀ ਇਹ ਸਕੋਰਪੀਓ ਆ ਗਈ ਜੀ 2019 ਮਾਡਲ ਸਿਰਫ 8500 ਕਿਲੋਮੀਟਰ ਕਰ ਦਿੰਦੀ ਕਿਆ ਹੀ ਬਾਤ ਹੈ ਬਈ ਤੁਸੀਂ ਦੇਖ ਸਕਦੇ ਗੱਡੀ ਦੀ ਕੰਡੀਸ਼ਨ ਹੀ ਬੋਲਦੀ ਹੈ ਇੱਥੇ ਮੈਂ ਕਿਹਾ ਜੀ ਜੇ ਇੱਕ ਵੀਰ ਸਾਡਾ ਕੋਈ ਕਹਦੇ ਬੰਪਰ ਵੀ ਗਿੱਠ ਭਰ ਪੇਂਟ ਆ ਕਾਰ ਵਾਪਸ ਕਾਰ ਵਾਪਸ ਠੀਕ ਹੈ ਜੀ ਲਓ ਜੀ ਇਹ ਸਾਡੇ ਵੀਰ ਹੁਣ ਨੋਵਾ ਬਹੁਤ ਮੰਗਦੇ ਵੀ ਕ੍ਰਿਸਟਾ ਦਿਓ 19 ਮਾਡਲ 10000 ਕਿਲੋਮੀਟਰ ਕਾਰ ਚੱਲੀ ਲਿਖ ਕੇ ਗਰੰਟੀ ਦੇ ਨਾਲ ਠੀਕ ਹੈ ਕੈਪਟਰ ਪੇਂਟ ਕੋ ਬੰਪਰ ਵੀ ਪੇਂਟ ਨਿਕਲੇ ਠੀਕ ਹੈ ਕਾਰ ਜੁਰਮਾਨੇ ਨਾਲ ਵਾਪਸ ਕੀ ਬਾਤ ਹੈ ਕਦੇ ਇਹ ਸਵਿਫਟ ਇਹ ਸਵਿਫਟ ਆ ਗਈ ਜੀ ਜੈਡ ਐਕਸ ਆਈ ਮਾਡਲ ਆ ਪੈਟਰੋਲ ਵਰਜਨ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਬਾਈ ਮਤਲਬ ਬਹੁਤ ਹੀ ਜੈਨੂਇਨ ਇਹ ਸੋਲਡ ਆਊਟ ਹੈ ਸੋਲਡ ਆ ਜਾ ਰਹੀ ਜੀ ਠੀਕ ਹੈ ਇਹ ਵੀ ਸੋਲਡ ਆਊਟ ਆ ਬਾਈ ਅਤੇ ਇਹ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਇੱਧਰੋਂ ਸ਼ੁਰੂ ਕਰ ਲਈਏ ਹੋਰ ਭਾਈ ਪਿਛਲੇ ਬੰਨੇ ਕਲਰ ਵੀ ਤੁਹਾਨੂੰ ਆਪਸ਼ਨਸ ਮਿਲ ਜਾਣਗੇ ਇੱਥੇ ਸਕੋਰਪੀਓ ਹੁਣ ਵਾਈਟ ਕਲਰ ਦੇ ਵਿੱਚ ਆ ਗਈਆਂ ਜੀ ਇਹ ਵੀ 2023 ਮਾਡਲ ਹੈ ਜੀ ਕਾਰ ਚੱਲੀ ਸਾਰੀ ਮੇਰੇ ਸਮੇਂ 11000 ਦੇ ਕਰੀਬ ਜੀ ਸਿਰਫ ਕਿਲੋਮੀਟਰ ਕਾਰ ਚੱਲੀ ਟਾਇਰ ਵੀ ਨਵੇਂ ਉਲਾਏ ਲੱਗੇ ਜੀ ਔਰ ਟਾਇਰ ਵੀ ਮਹਿੰਗੇ ਯੋਕੋਹਾਮਾ ਦਾ ਟਾਇਰ ਲੱਗਾ ਇਹਨੂੰ ਲੱਗਾ ਠੀਕ ਹੈ ਜੀ 2023 ਪੰਜਵੇਂ ਮਹੀਨੇ ਦੀ 13 ਤਰੀਕ ਦੀ ਕਾਰ ਹੈ ਜੀ ਕਾਰ ਠੀਕ ਹੈ ਇੱਧਰ ਆ ਜੀ ਇਹ ਆ ਗਈ ਜੀ 2020 ਮਾਡਲ ਇਹਨੂੰ 22 ਇੰਚੀ ਲਾਈਟਰ ਲੱਗੇ ਜੀ ਪਲਾਟੀ 'ਤੇ ਕਿਆ ਬਾਤ ਹੈ ਇਹ ਵੀ ਸਿਰਫ 32000 ਹੀ ਚੱਲੀ ਹੈ ਲੋਕਲ ਜਲੰਧਰ ਨੰਬਰ ਵੀ ਸੋਹਣਾ ਲੱਗਾ ਵੀ ਆਈ ਪੀ ਨੰਬਰ ਆ ਇਹ ਸਕੋਰਪੀਓ ਆ ਗਈ ਜੀ 2020 ਮਾਡਲ ਜੀ ਵੀ ਆਈ ਪੀ ਨੰਬਰ ਦੇ ਨਾਲ ਹੈ ਇਹ 36000 ਚੱਲੀ ਹੈ ਜੀ ਅਤੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀ ਕੰਡੀਸ਼ਨ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਇਹ ਬਲੋਰੋ ਆ ਗਈ ਜੀ ਇਹਨੂੰ ਵੀ ਪਲਾਟੀ 'ਤੇ 20 ਇੰਚੀ ਲਾਈਟਰ ਲੱਗੇ ਆ ਔਰ ਕਾਰ ਚੱਲੀ ਸਾਰੀ 22000 ਬਈ ਬਹੁਤ ਹੀ ਘੱਟ ਚੱਲੀਆਂ ਹੋਈਆਂ ਕਾਰਾਂ ਨੇ ਅਤੇ ਤੁਹਾਨੂੰ ਹਰੇਕ ਤਰ੍ਹਾਂ ਦਾ ਸੈਗਮੈਂਟ ਮਿਲ ਜੂਗਾ ਇੱਥੇ ਇਹ 19 ਮਾਡਲ ਜੀ ਭਾਈ ਸਾਹਿਬ ਇਹਦੇ 'ਚ ਵੈਸੇ ਇੱਕ ਮੋਟਾ ਜਿਹਾ ਵੈਸੇ ਆਈਡੀਆ ਕਿੰਨਾ ਕੁ ਡਿਸਕਾਊਂਟ ਹੋ ਸਕਦਾ ਕਿ ਟੇਬਲ ਟੋਕ ਹੀ ਸਾਰੀ ਟੇਬਲ ਟੋਕ ਹੈ ਜੀ ਮੌਕੇ 'ਤੇ ਆਈਡੀਆ 15 ਤੋਂ 20 ਹੱਦ 25 ਤੱਕ 25 ਸਾਰਾ ਠੀਕ ਹੈ ਇਹ ਵੀ ਜਸਟ ਗੱਡੀ 'ਤੇ ਡਿਪੈਂਡ ਕਰੂਗਾ ਭਾਈ ਹੁਣ ਸਾਡੇ ਕਈ ਵੀਰ ਆਉਂਦੇ ਆ ਜਿੱਦਾਂ ਕਿ ਮੰਨ ਲਓ ਸੰਗਰੂਰ ਸਾਈਡ ਤੋਂ ਜਾਂ ਬਠਿੰਡੇ ਸਾਈਡ ਤੋਂ ਉਹ ਆਣ ਕੇ ਜਿੱਦਾਂ ਮੰਡੀ ਦੇ ਵਿੱਚ ਨਹੀਂ ਲੁਧਿਆਣੇ 'ਚ ਹੁੰਦਾ ਅੱਛਾ ਵੀ 5 ਲੱਖ ਦੀ ਕਾਰ ਹੈ 3 ਲੱਖ ਕਹਿ ਦਿਓ ਅੱਛਾ ਕਹਿ ਦਿਓ ਅੱਛਾ ਉਹ ਬੜੀ ਹੈ ਜੀ ਸਰਦਰਦੀ ਮੁੱਕਦੀ ਨਹੀਂ ਹੈ ਜੀ ਪਰ ਦੇਖ ਲਓ ਨਹੀਂ ਤਾਂ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਡੀਲਰ ਦੇ ਕੋਲ ਇੱਦਾਂ ਸਲਿੱਪ ਨਹੀਂ ਰੱਖੀ ਹੋਊਗੀ ਨਹੀਂ ਹੈ ਕੋਈ ਨਹੀਂ ਰੱਖਦਾ ਜੀ ਉਹ ਪੈਂਦੇ ਸੱਟੇ ਇਹ ਕਹਿਣਗੇ ਜੀ ਲਾਓ ਰੇਟ ਕਰੀਏ ਪਾਰਟੀ ਨਾਲ ਗੱਲ ਪਾਰਟੀ ਗੱਲ ਆ ਨਹੀਂ ਪਾਰਟੀ ਸਰ ਕੋਈ ਨਹੀਂ ਪਾਰਟੀ ਆਪਾਂ ਹੀ ਪਾਰਟੀ ਆਪਾਂ ਹੀ ਐਕਸਯੂਵੀ 300 ਜੀ 300 ਇਹ ਬਲੈਕ ਕਲਰ ਦੇ ਵਿੱਚ ਆ ਗਈ ਇਹ ਵਾਈਟ ਇਹ ਬਲੈਕ ਆ ਗਈ ਜੀ ਮਤਲਬ ਤੁਸੀਂ ਇਹ ਦੇਖ ਲਓ ਵੀ ਇੱਕ ਗੱਡੀ ਦੇ ਵਿੱਚ ਤੁਹਾਨੂੰ ਕਲਰ ਆਪਸ਼ਨਸ ਵੀ ਮਿਲ ਰਹੀਆਂ ਨੇ ਇੱਥੇ ਮਤਲਬ ਇਦਾਂ ਦੀ ਆਪਸ਼ਨਸ ਤੁਹਾਨੂੰ ਕਿਤੇ ਨਹੀਂ ਮਿਲ ਸਕਦੀਆਂ ਉਹ ਵੀ ਇੰਨੀਆਂ ਜ਼ਿਆਦਾ ਇਹ ਹੁਣ ਆ ਗਈ ਕਰੇਟਾ 19 ਮਾਡਲ ਜੀ ਹੁਣ ਤੁਹਾਨੂੰ ਕਰੇਟਾ ਵਿੱਚ ਆਟੋ ਵੀ ਦੇਵਾਂਗੇ ਮੈਨੂਅਲ ਵੀ ਦੇਵਾਂਗੇ ਨਵੀਂ ਸ਼ੇਪਾਂ ਪੁਰਾਣੀ ਸ਼ੇਪਾਂ ਸਾਰੀਆਂ ਮਿਲ ਜਾਂਦੀਆਂ ਤੇ ਇਹ ਬਾਈ ਤੁਸੀਂ ਦੇਖ ਸਕਦੇ ਹੋ ਸਟicker ਵੀ ਨਹੀਂ ਲੱਥਾ ਲੋਏ ਤੋਂ ਅਜੇ ਤੱਕ ਇਹ ਸ਼ੇਪ ਦੇ ਵਿੱਚ ਆ ਗਿਆ ਜੀ 10000 ਕਿਲੋਮੀਟਰ ਕਾਰ ਚੱਲੀ ਆ 22 ਮਾਡਲ ਆ ਕਰੇਟਾ ਨਵੀਂ ਸ਼ੇਪ ਦੇ ਵਿੱਚ ਇਹ ਵੀ ਤੁਸੀਂ ਦੇਖ ਸਕਦੇ ਹੋ ਹੁਣ ਇਹ ਵੀ ਕਰੇਟਾ ਨਵੀਂ ਸ਼ੇਪ ਦੇ ਵਿੱਚ 2022 ਮਾਡਲ ਜੀ ਇਹ ਚੱਲੀ ਹੈ ਸਾਰੀ 5600 ਕਿਆ ਬਾਤ ਹੈ ਬਹੁਤ ਘੱਟ ਚੱਲੀਆਂ ਹੋਈਆਂ ਗੱਡੀਆਂ ਬਾਈ ਹੁਣ ਖੜੀਆਂ ਇੱਥੇ ਅਤੇ ਕੀਆ ਸੋਨਟ IMT IMT ਦਾ ਸਰ ਕਈ ਵਾਰੀ ਪੁੱਛਦੇ ਵੀ ਗਾਹਕ ਵੀ IMT ਕੀ ਆ ਠੀਕ ਹੈ IMT ਇਹ ਆ ਜੀ ਇਹਦੇ ਵਿੱਚ ਕਲੱਚ ਨਹੀਂ ਆਉਂਦਾ ਅੱਛਾ ਤੁਸੀਂ ਸਿੰਪਲ ਉੱਦਾਂ ਜਿੱਦਾਂ ਆਪਾਂ ਗੇਅਰ ਪਾਈ ਜਾਣੇ ਬਸ ਬ੍ਰੇਕ ਕਲੱਚ ਬ੍ਰੇਕ ਤਾਂ ਰੇਸ ਹੈ ਜੀ ਇੱਦਾਂ ਗੇਅਰ ਇੱਕ ਪਹਿਲਾ ਦੂਜਾ ਤੀਜਾ ਚੌਥਾ ਪਾਈ ਜਾਣਾ ਕੋਈ ਕਲੱਚ 'ਤੇ ਪੈਰ ਨਹੀਂ ਰੱਖਣਾ ਕੋਈ ਤੁਸੀਂ ਕਿਤੇ ਲਾਈਟਾਂ 'ਤੇ ਖੜ੍ਹੇ ਆ ਆਪਾਂ ਕਲੱਚ ਦੱਬ ਕੇ ਬੈਠੇ ਰਹੀਦਾ ਵੀ ਗੇਅਰ ਗੱਡੀ ਤੋਰਨੀ ਆ ਲੱਤ ਨਹੀਂ ਥੱਕਦੀ ਇਹਦੇ ਵਿੱਚ ਤਾਂ ਹੈ ਹੀ ਗੇਅਰ ਹੀ ਹੈ ਨਹੀਂ ਸਿੱਧਾ ਗੇਅਰ ਪਾਈ ਜਾਣਾ ਕਲੱਚ ਹੈ ਹੀ ਨਹੀਂ ਕੋਈ ਠੀਕ ਹੈ ਇਹ ਵੀ ਬਾਈ ਤੁਸੀਂ ਦੇਖ ਸਕਦੇ ਹੋ ਅਤੇ ਸੀਟ ਕਵਰ ਨੂੰ ਆਟੋ ਫਾਰਮ ਦੇ ਲੱਗੇ ਔਰ ਲਾਈਟਰ ਵੀ ਬਿਲਕੁਲ ਨਵੇਂ ਜੀ ਨਵੇਂ ਲੱਗੇ ਹੋਏ ਆ JK ਦੇ ਟਾਇਰ ਆ ਠੀਕ ਹੈ ਇਹ ਆ ਜੀ ਇਹ ਆ ਗਈ ਜੀ ਸਨਰੂਫ ਵਾਲੀ ਵੈਨਿਊ 19000 ਕਿਲੋਮੀਟਰ ਕਾਰ ਚੱਲੀ ਹੈ 20 ਮਾਡਲ ਦੇਖੋ 20 ਮਾਡਲ 19000 ਚੱਲੀ ਮਤਲਬ ਕਿ ਦੂਜੀ ਸਰਵਿਸ ਅਜੇ ਹੋਣੀ ਆ 20000 ਵਾਲੀ ਦੀ ਠੀਕ ਹੈ ਅਤੇ ਨੰਬਰ ਵੀ VIP ਆ ਬਈ 4441 ਇਸ ਤੋਂ ਬਾਅਦ ਆ ਗਈ ਜੀ ਵੈਨਿਊ 2022 ਮਾਡਲ ਔਰ ਕਾਰ ਚੱਲੀ ਹੈ 40000 ਦੇਖੋ ਉਹ 20 ਮਾਡਲ ਸੀਗੀ ਅਤੇ ਚੱਲੀ ਸੀ 20000 19000 ਇਹ 22 ਮਾਡਲ ਆ ਅਤੇ 40000 ਚੱਲੀ ਆ ਜੇ ਦੇਖੋ ਇਹ ਬੰਦਾ ਪਾਰਟੀ ਕਹਿ ਸਕਦੇ ਵੀ ਤੁਸੀਂ ਇਹ ਕਾ ਘੱਟ ਆ ਇਹ ਹੁਣ ਘੱਟ ਕਿਸੇ ਨੇ ਡਰਾਈਵ ਕੀਤੀ ਤਾਂ ਘੱਟ ਆ ਗਈ ਇਹ ਵੱਧ ਆ ਤਾਂ ਵੱਧ ਆ ਗਈ ਵੱਧ ਆ ਗਈ ਇਹਦੇ ਵਿੱਚ ਇਹ ਮੀਟਰ 'ਚ ਹੇਰਾ ਫੇਰੀ ਨਹੀਂ ਸਾਡੇ ਹੋਏਗੀ
ਠੀਕ ਹੈ ਜੀ। ਇਹ ਡੀਜ਼ਲ ਵਰਜਨ ਦੇ ਵਿੱਚ ਜੀ ਆ ਗਈ ਸਨਰੂਫ ਵਾਲਾ ਮਾਡਲ, ਵੈਨਿਊ 20 ਮਾਡਲ ਔਰ ਕਾਰ ਚਲੀ 28,000। ਮਤਲਬ ਆਪਣੇ ਕੋਲ ਕਾਫੀ ਇਸ ਟਾਈਮ ਵੈਨਿਊ ਖੜੀਆਂ ਵੈਰਾਈਟੀ ਹੈ ਨਾ। ਬਿਲਕੁਲ ਸਰ, ਸਾਰੀ ਡੀਜ਼ਲ ਪੈਟਰੋਲ ਹਰ ਚੀਜ਼ ਰੱਖਣੀ ਪੈ ਰਹੀ ਹੈ ਔਰ ਇਹ ਵੈਨਿਊ ਆ ਗਈ 22 ਮਾਡਲ, 21,000 ਕਿਲੋਮੀਟਰ ਕਾਰ ਚੱਲੀ ਆ ਚੱਲੇ। ਠੀਕ ਹੈ, ਇੱਧਰ ਆ ਜੀ ਇਹਦੇ I-20 ਆ ਗਿਆ ਜੀ, I-20 ਵਾਲੇ ਪਾਸੇ ਜੀ। ਉਹ ਵੀ ਬਾਈ ਇੱਕ ਅੱਧੀ ਨਹੀਂ, ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਲਾਈਨ ਦੀ ਲਾਈਨ ਹੀ ਮਿਲੂਗੀ ਇੱਥੇ I-20 ਦੀ ਵੀ, ਉਹ ਉੱਥੋਂ ਤੱਕ ਜਿੰਨੀ ਮਰਜ਼ੀ ਵੇਖ ਲਓ। I-20 ਤੁਹਾਨੂੰ ਪੁਰਾਣੀ ਸ਼ੇਪ ਦੇ ਵਿੱਚ, ਨਵੀਂ ਸ਼ੇਪ ਦੇ ਵਿੱਚ 14 ਮਾਡਲ ਤੋਂ ਲੈ ਕੇ 23 ਮਾਡਲ ਤੱਕ ਆਪਣੇ ਕੋਲ ਵਾਧੂ ਖੜੀਆਂ ਸਾਰੀਆਂ ਮਿਲ ਜਾਣਗੀਆਂ, ਡੀਜ਼ਲ ਵੀ ਪੈਟਰੋਲ ਵੀ। ਠੀਕ ਹੈ, ਇਹ ਵੀ ਬਾਈ ਤੁਸੀਂ ਦੇਖ ਸਕਦੇ, ਮੈਂ ਦਿਖਾ ਦਿੰਦਾ ਮੋਟਾ ਮੋਟਾ ਅਤੇ ਇੱਥੇ ਨੂੰ ਸਟੋਪ ਕਰਕੇ ਵੀਡੀਓ ਨੂੰ ਦੇਖੀ ਜਾਓ, 6-6 ਦੀ ਅਸੀਂ ਕਵਰ ਕਰਦੇ ਹਾਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ। 7,000 ਕਿਲੋਮੀਟਰ ਚੱਲੀ 22 ਮਾਡਲ ਦੀ ਬਈ, ਸੀਟ ਕਵਰ ਵਗੈਰਾ ਲੱਗੇ ਸਾਰਾ ਕੁਝ, ਅਸੈਸਰੀ ਸਾਰੀ ਕਾਰ ਨੂੰ ਫੁੱਲ ਲੱਗੀ, ਕ੍ਰੋਮ ਲੱਗੀ ਆ, ਸੀਟ ਕਵਰ ਲੱਗੇ, ਮੈਟਿੰਗ ਹੋਈ ਆ, ਇਹ ਸਾਰੀ ਓਕੇ ਆ ਜੀ। ਇਹ ਹੈਗੀ ਆ ਜੀ 2015 ਮਾਡਲ ਜੀ, ਠੀਕ ਹੈ, ਔਰ ਡੀਜ਼ਲ ਵਰਜਨ ਦੇ ਵਿੱਚ ਕਾਰ ਆ। ਕਾਰ ਦੇਖੋ ਤੁਸੀਂ ਘੁੰਮ ਕੇ, ਲਾਈਟ ਆਰ ਬਿਲਕੁਲ ਨਵੇਂ, ਠੀਕ ਹੈ ਜੀ, ਔਰ ਕਾਰ ਕਲੀਨ, ਛੋਟਾ ਨੰਬਰ ਲੱਗਾ, ਛੋਟਾ ਨੰਬਰ ਲੱਗਾ। ਇਹ ਸੋਲਡ ਹੋ ਗਈ ਜੀ, ਇਹ ਸੋਲਡ ਆਊਟ ਆ ਬਾਈ, ਇਹ ਵੀ ਸੋਲਡ ਹੈ ਜੀ। ਬਈ ਕੋਈ ਤੁਹਾਨੂੰ ਗੱਡੀ ਪਸੰਦ ਵੀ ਹੋਊਗੀ ਨਾ ਤੇ 22 ਨੂੰ ਚੱਲਦੇ ਹੋਏ ਨੰਬਰ ਤੇ ਕਾਲ ਕਰਕੇ ਜਾਂ ਫੋਨ ਕਰਕੇ ਗੱਡੀ ਬੁੱਕ ਕਰਵਾ ਸਕਦੇ ਹੋ, ਟੋਕਨ ਮਨੀ ਪਾ ਕੇ ਤੇ ਆਣ ਕੇ ਤੁਹਾਨੂੰ ਕਾਰ ਨਾ ਪਸੰਦ ਲੱਗੇ, ਮਾੜੀ ਨਿਕਲੇ, ਕਾਰ ਆਪਣੀ ਬੁਕਿੰਗ ਵਾਪਸ, ਬੁਕਿੰਗ ਵਾਪਸ ਲੈ ਲਿਓ। ਹੁਣ ਕਈ ਵੀ ਬੁਕਿੰਗ ਦੇ ਦਿੰਦੇ ਆ ਸਾਰੇ, ਇੱਕ ਗੱਲ ਦਾ ਜ਼ਰੂਰ ਖਿਆਲ ਰੱਖਿਓ, ਕਈ ਬੰਦੇ ਬੁਕਿੰਗ ਦੇ ਕੇ ਆਣ ਕੇ ਮੁੜ ਕੇ ਹਫ਼ਤੇ ਬਾਅਦ ਕਹਿੰਦੇ ਯਾਰ ਸਾਨੂੰ ਉਹ ਕਰ ਦਿਓ, ਸਾਡੀ ਉਹ ਹਫ਼ਤਾ ਇੱਕ ਗੱਡੀ ਬਲੌਕ ਹੋ ਜਾਂਦੀ ਹੈ, ਉਹ ਵੀ ਨਾ ਕਰਿਓ। ਨਹੀਂ ਪਸੰਦ ਆਉਂਦੀ ਫੇਰ ਕਹਿ ਦਿਓ ਵੀ ਗੱਡੀ ਪਸੰਦ ਨਹੀਂ, ਪਸੰਦ ਨਹੀਂ, ਫੇਰ ਕਰਾਂਗੇ। ਠੀਕ ਹੈ, ਇਹਨੂੰ ਕਿੱਟ ਲੱਗੀ ਹੋਈ ਹੈ ਬਾਈ VIP ਨੰਬਰ ਦੇ ਨਾਲ, ਇਹ ਹੈਗੀ ਜੀ 2023 ਮਾਡਲ ਜੀ, ਸਿਰਫ 6500 ਕਿਲੋਮੀਟਰ ਕਾਰ ਚੱਲੀ ਹੈ, ਚੱਲੀ ਹੋਈ ਹੈ। ਠੀਕ ਹੈ, ਇਹ ਅਲੋਏ ਵੀਲਸ ਦੇ ਨਾਲ ਹੈ, ਕ੍ਰੋਮ ਅਲੋਏ ਲੱਗੇ ਹੋਏ ਇਹਨੂੰ। ਇਹ ਕਾਰ ਹੈਗੀ ਹੈ 2017 ਮਾਡਲ ਹੈ ਜੀ, ਇਹ ਹੈਗੀ 2020 ਮਾਡਲ ਜੀ, 35,000 ਚੱਲੀ ਆ, ਇਹ 37,000 ਕਿਲੋਮੀਟਰ ਚੱਲੀ 2018 ਮਾਡਲ ਜੀ। ਬਈ ਇਹ ਨਵੀਂ ਕਿੰਨੇ ਕੁ ਦੀ ਬੰਦ ਹੋਈ ਸੀ ਅੰਦਾਜ਼ਾ? ਇਹ ਸਰ ਲਗਭਗ ਜਿਹੜੀ ਟੌਪ ਮਾਡਲ ਸੀਗੀ ਉਹ 10 ਲੱਖ ਦੀ ਸੀਗੀ, ਓਕੇ, ਸਪੋਰਟਸ ਮਾਡਲ 9 ਲੱਖ ਦੇ ਕਰੀਬ ਬੰਦ ਹੋਈ। ਠੀਕ ਹੈ, ਇਹ ਹੈ ਜੀ 19 ਮਾਡਲ ਜੀ, 19 ਮਾਡਲ, ਠੀਕ, 28,000 ਕਿਲੋਮੀਟਰ ਕਾਰ ਚੱਲੀ, ਔਰ 28,000 ਕਿਲੋਮੀਟਰ ਚੱਲੀ ਨਾ ਦੇਖੋ ਕਾਰ ਦਾ ਜੋ ਕੁਆਲਿਟੀ ਹੋਣੀ ਚਾਹੀਦੀ ਉਹੀ ਆ, ਉਹੀ ਆ, ਮਤਲਬ ਬਹੁਤ ਨੀਟ ਐਂਡ ਕਲੀਨ ਹੈ। ਇਹਦੇ ਬੈਕ ਸਾਈਡ ਤੇ ਆਪਾਂ I-20 ਚੱਲ ਚੱਲ ਜੀ। ਇਹ ਪਹਿਲੇ ਵਾਲੀ ਲਾਈਟਰ ਵੀ ਵਧੀਆ, ਇਹ ਪਹਿਲੇ ਵਾਲੀ ਲੱਗਣ ਨਹੀਂ ਡਈ ਵੈਸੇ, ਇੰਨੀ ਸਾਫ਼ ਹੈ ਜੀ, ਕਾਰਾਂ ਸਾਰੀਆਂ ਕਲੀਨ ਆ, ਔਰ ਵਧੀਆ ਲਈ ਦੀ ਕਾਰ, ਮਾੜੀ ਲੈ ਕੇ ਕੀ ਕਰਾਂਗੇ। ਠੀਕ ਹੈ ਜੀ, ਸਿਰਫ ਸਿਰਫ ਬਾਈ 40,000 ਰੇਟ ਚੱਲੀ ਹੋਈ ਹੈ। ਇਹ ਹੈਗੀ ਆ ਜੀ 2016 ਮਾਡਲ ਕਾਰ ਆ, ਇਹ 70,000 ਚੱਲੀ ਆ ਜੀ। ਬਈ ਗੱਡੀ ਦੀ ਪ੍ਰਾਈਸ ਜਿਹੜੀ ਉਹਦੀ ਚੱਲਣ ਦੀ ਅਤੇ ਉਹਦੀ ਕੰਡੀਸ਼ਨ 'ਤੇ ਡਿਪੈਂਡ ਕਰਦੀ। ਬਿਲਕੁਲ, ਹੁਣ ਕਈ ਬੰਦੇ ਕਹਿੰਦੇ ਯਾਰ 20,000 ਚੱਲੀ ਆ ਕਾਰ, ਮਹਿੰਗੀ ਬੜੀ ਆ। ਹੁਣ ਮੈਂ ਉਹ ਵੀ ਤੁਹਾਨੂੰ ਦੱਸਾਂ, ਦੇਖੋ ਜੇ ਆਪਾਂ ਮੇਰੇ ਕੋਲ ਕਾਰ ਹੈਗੀ ਵੱਧ ਚੱਲੀ, ਉਹਦਾ ਰੇਟ ਅਤੇ ਬਾਕੀਆਂ ਰੇਟਾਂ ਦਾ, ਜ਼ਮੀਨ ਸਮਾਨ ਦਾ ਰੇਟ ਦਾ ਫਰਕ ਆ ਜਾਣਾ। ਦੇਖੋ ਤੁਹਾਨੂੰ ਦੇਖੋ 2000 ਇਹ ਹੈਗੀ ਜੀ 16 ਮਾਡਲ, ਅਤੇ 68,000 ਕਿਲੋਮੀਟਰ ਕਾਰ ਚੱਲੀ, 7,10,000 ਰੁਪਏ ਦੀ ਹੈ ਜੀ। ਇਹ PV12 ਰੋਪੜ ਦਾ ਨੰਬਰ ਆ, 2018 ਮਾਡਲ ਹੈ, ਸਿਰਫ 10,000 ਕਿਲੋਮੀਟਰ ਚੱਲੀ ਆ, 6,25,000 ਰੁਪਏ। ਕੰਡੀਸ਼ਨ ਹੀ ਦੱਸੀ ਜਾਂਦੀ ਹੈ ਗੱਡੀ ਦੀ ਬਾਈ, ਤੁਸੀਂ ਦੇਖ ਸਕਦੇ ਹੋ ਇਹ 7-25 ਦੀ ਕਾਰ ਆ। ਠੀਕ ਹੈ ਜੀ, ਇਹ 7,10,000 ਦੀ ਕਾਰ ਆ, ਚੱਲੀ ਦਾ ਫਰਕ ਆ ਗਿਆ, ਚੱਲੀ ਦਾ ਫਰਕ ਆ ਗਿਆ। ਹੁਣ ਇਸ ਤੋਂ ਬਾਅਦ ਫਿਰ ਦੇਖੋ ਦੁਬਾਰਾ, ਇਹ ਹੈਗੀ ਹੈ ਜੀ 2017 ਮਾਡਲ, 1,12,000 ਕਿਲੋਮੀਟਰ ਚੱਲੀ ਆ, ਪ੍ਰਾਈਸ 6.5, ਉਹ 7,75,000 ਪ੍ਰਾਈਸ ਦਾ ਫਰਕ ਪੈ ਗਿਆ। ਔਰ ਇਹਦੇ ਵਿੱਚ ਕੀ ਆ ਵੀ ਜਿੱਦਾਂ ਲਾਈਟ ਆਰ ਵੀ ਲੱਗੇ ਆ, ਅੰਦਰ ਸੀਟ ਕਵਰ ਬਕਟ ਫਿਟਿੰਗ ਲੱਗੇ ਆ, ਅਸੈਸਰੀ ਸਾਰੀ ਕਾਰ ਨੂੰ ਲੱਗੀ ਆ, ਸਿਰਫ ਚੱਲਣ ਦੇ ਚੱਲੀ ਦਾ ਉਹਦੇ ਕਰਕੇ ਰੇਟ 'ਚ ਫਰਕ ਆ ਗਿਆ, ਫਰਕ ਆ ਗਿਆ। ਠੀਕ ਹੈ, ਹੁਣ ਕਰੇਟਾ ਆਪਣੀਆਂ ਕੁਛ ਰਹਿ ਗਈਆਂ ਸੀ ਜੀ, ਕਰੇਟਾ ਆਪਾਂ ਉੱਥੋਂ ਅੱਗਿਓਂ ਹੀ ਆ ਜਾਂਦੇ ਭੰਡਾਰੀ ਸਾਹਿਬ ਇਹਨੂੰ ਆਹ ਮਕਾ ਲਈਏ ਪਹਿਲਾਂ, ਹੈ ਨਾ। ਹਾਂ, ਇੱਕ ਪੋਰਸ਼ਨ ਹੋ ਗਿਆ ਜੀ ਆਪਣਾ, ਇੱਕ ਹੋ ਗਿਆ, ਇਹ ਕਰ ਲਈਏ ਤੇ ਸਾਰੀਆਂ ਡਿਜ਼ਾਇਰਾਂ ਜੀ, ਸਾਰੀਆਂ ਡਿਜ਼ਾਇਰਾਂ ਤਕਰੀਬਨ ਆ, ਤੁਸੀਂ ਨਿਗਾਹ ਕਰਾ ਦਿਓ ਮਾੜੀ ਜੀ, ਹਾਂ, ਉੱਥੋਂ ਲੈ ਕੇ, ਠੀਕ ਹੈ ਜੀ, ਉਹ ਤੱਕ ਸਾਰੀਆਂ ਡਿਜ਼ਾਇਰਾਂ ਸਾਰੀਆਂ, ਠੀਕ, ਇਸ ਸਾਈਡ ਤੋਂ ਸਵਿਫਟਾਂ ਜੀ। ਠੀਕ ਹੈ, ਇਹ ਕਿੰਨੇ ਕੁ ਤੀਆਂ ਦਿਖਾ ਦਈਏ ਇਕੱਲੀ ਇਕੱਲੀ? ਹਾਂ, ਮਰਦ ਨੂੰ ਦਿਖਾ ਹੀ ਦਈਏ, ਹੈ ਨਾ। ਇਹ 2017 ਮਾਡਲ ਆ, ਸਿਰਫ 31,000 ਕਿਲੋਮੀਟਰ ਕਾਰ ਚੱਲੀ ਹੈ ਜੀ, ਠੀਕ ਹੈ ਜੀ, ਪੈਟਰੋਲ ਵਰਜਨ, 7,10,000 ਦੀ ZXI ਮਾਡਲ ਹੈ ਜੀ। ਇਹ 'ਚ ਮਾਡਲ ਕਾਫੀ ਆ ਗਏ, ਹੈ ਨਾ। ਹਾਂਜੀ, ਹੁਣ ਦੇਖੋ ਉਹ ਵਾਈਟ, ਇਹ ਗ੍ਰੇ ਕਲਰ ਚੇਂਜ ਕਰਤਾ ਜੀ ਆਪਾਂ, ਚੇਂਜ ਕਰਤਾ। ਇਹ ਹੈਗੀ ਜੀ 2021 ਮਾਡਲ, ਇਹ ਵੀ 34,000 ਚੱਲੀ ਆ, ਇਹ 7,10,000 ਦੀ। ਹੁਣ ਆ ਗਈ ਇਹਦੇ ਵਿੱਚ ਡੀਜ਼ਲ ਜੀ, ਡੀਜ਼ਲ ਵਰਜਨ ਦੀ ਡਿਮਾਂਡ 'ਤੇ ਉਹ ਕਾਰ ਨਹੀਂ ਲੱਭ ਰਹੀ, ਨਹੀਂ ਲੱਭ ਰਹੀ, 69,000 ਚੱਲੀ ਆ ਜੀ, 19 ਮਾਡਲ ਆ। ਇਹ ਹੈਗੀ ਪੈਟਰੋਲ ਦੇ ਵਿੱਚ 2022 ਮਾਡਲ ਹੈ ਜੀ, ਸਰਕਾਰ 15,000 ਜੀ, ਮਤਲਬ ਬਹੁਤ ਘੱਟ ਚੱਲੀ ਹੁਣ ਆ ਗਈ ਜੀ।
2019 ਮਾਡਲ 30,000 ਚੱਲੀ 30,000 ਚੱਲੀ ਇਹ ਹੈਗੀ ਜੀ 2018 ਮਾਡਲ 64,000 ਕਿਲੋਮੀਟਰ ਕਾਰ ਚੱਲੀ ਆ ਠੀਕ ਹੈ ਅੰਦਰੋਂ ਦੇਖੋ ਕਾਰ ਦਾ ਅਲਾਈਟਰ ਸਾਰੀ ਐਕਸਟਰਾ ਬ੍ਰਿਜਸਟੋਨ ਦੇ ਟਾਇਰ ਠੀਕ ਹੈ ਔਰ ਬਕਟ ਫਿਟਿੰਗ ਸੀਟ ਕਵਰ ਹਰ ਚੀਜ਼ ਕਾਰ ਦੀ ਓਕੇ ਨੀਚੇ ਲੈਦਰ ਦੀ ਮੈਟਿੰਗ ਹੋਈ ਆ ਮੈਟਿੰਗ ਪੁਸ਼ ਬਟਨ ਸਟਾਰਟ ਸਨਰੂਫ ਸਾਰਾ ਕੁਝ ਵਿੱਚ ਹੀ ਸਭ ਕੁਝ ਟੌਪ ਮਾਡਲ ਹੈ ਜੀ ਟੌਪ ਮਾਡਲ ਠੀਕ ਹੈ ਇਹ ਵੀ ਵੀਆਈਪੀ ਨੰਬਰ ਦੇ ਨਾਲ ਇਹ ਵੀ ਨੰਬਰ 16 ਜੀ ਦਾ ਕਾਰ ਦਾ ਠੀਕ ਹੈ ਇਹਦੀ ਐਵਰੇਜ ਵੀ ਕਾਫੀ ਦੱਸੀ ਜਾਂਦੀ ਹੈ ਇਹ ਗੱਡੀ ਦੀ ਇਹ ਆ ਗਈ ਜੀ 2018 71,000 ਚੱਲਦੀ ਕਾਰ ਸਾਰੀ ਜੀ ਪਹਿਲੇ ਨਾਲ ਦੇਖ ਸਕਦੇ ਹੋ ਤੇ ਬਹੁਤ ਨੀਟ ਐਂਡ ਕਲੀਨ ਕੰਡੀਸ਼ਨ ਚ ਆ ਇਹ ਆਟੋ ਦੇ ਵਿੱਚ ਆ ਗਈ ਜੀ ਹੁਣ ਅੱਛਾ ਇਹ ਆਟੋ ਆ ਗਈ ਦੇਖੋ ਕਾਰ ਨੂੰ ਅਸੈਸਰੀ ਕਿੰਨੀ ਲੱਗੀ ਆ ਬਹੁਤ ਜ਼ਿਆਦਾ ਫੁੱਲ ਭਰੀ ਪਈ ਕਾਰ ਹੈ ਮਤਲਬ ਕਿਸੇ ਨੇ ਚੰਗੇ ਸ਼ੌਂਕ ਨਾਲ ਸਾਰਾ ਬਿਲਕੁਲ ਆਟੋਮੈਟਿਕ ਆਟੋਮੈਟਿਕ 2016 ਮਾਡਲ ਆ 16 ਮਾਡਲ 44,000 ਕਿਲੋਮੀਟਰ ਕਾਰ ਚੱਲੀ ਆ 940 ਆਪਾਂ ਇਹਦਾ ਰੇਟ ਰੱਖਿਆ ਬਾਕੀ ਮੌਕੇ ਤੇ ਮਾਨਤਾ ਹੋ ਜਾਏਗਾ ਤੇ ਬਾਈ ਇਹ ਸਟਾਕ ਫਿਰ ਆ ਜਾਈਏ ਉਧਰੋਂ ਕਿ ਇਧਰੋਂ ਚੱਲ ਜਾਈਏ ਅੱਗੇ ਨੂੰ ਆਪਾਂ ਉਧਰ ਸ਼ੁਰੂ ਅੱਗੇ ਹੋ ਜਾਂਦੇ ਅੱਗੇ ਹੋ ਜਾਂਦੇ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਅੱਧੀ ਬਰੀਜ਼ਾ ਨਹੀਂ ਤੁਹਾਨੂੰ ਮਿਲੂਗੀ ਅਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਨੇ ਤੇ ਸਾਰੀਆਂ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਆਪਣੇ ਘੱਟ ਘੱਟ ਤੇ 25 ਬਰੀਜ਼ਾ ਖੜੀਆਂ ਜੀ ਜਿਹੜੇ ਨਵੀਂ ਸ਼ੀਟ ਮੈਨੂੰ ਜ਼ਿਆਦਾ ਲੱਗ ਰਹੀਆਂ ਮੈਨੂੰ ਕਿ 25 ਨੇ ਨਹੀਂ 25 ਹੈਗੀਆਂ ਜੀ ਬਾਈ ਆ ਤੁਸੀਂ ਦੇਖ ਸਕਦੇ 1 2 3 4 ਲਾਈਨਾਂ ਬਰੀਜ਼ਾ ਦੀਆਂ ਹੀ ਨੇ ਤੇ ਦੋਸਤੋ ਜੇ ਤੁਹਾਨੂੰ ਥਾਰ ਵੀ ਕਿਤੋਂ ਨਹੀਂ ਮਿਲਦੀ ਤੇ ਉਹ ਭੰਡਾਰੀ ਕਾਰ ਬਾਜ਼ਾਰ ਤੋਂ ਮਿਲ ਸਕਦੀ ਹੈ ਤੁਸੀਂ ਆਣ ਕੇ ਖੜੇ ਪੈਰ ਲੈ ਸਕਦੇ ਹੋ ਕੋਈ ਚੱਕਰ ਨਹੀਂ ਇੱਕ ਨਹੀਂ ਦੋ ਨਹੀਂ ਇੱਥੇ ਤਿੰਨ ਤਿੰਨ ਚਾਰ ਚਾਰ ਕਈ ਵਾਰੀ ਖੜੀਆਂ ਹੁੰਦੀਆਂ ਭਾਈ ਸਾਹਿਬ ਇਹ ਬ੍ਰਾਂਡ ਨਿਊ ਅਜੇ ਵੀ ਦਵਾਈ ਜਾਂਦੇ ਆ ਹੈਗਾ ਜੀ ਤੁਸੀਂ ਅੱਜ ਹੀ ਆਓ ਪੇਮੈਂਟ ਪਾਓ 2 ਘੰਟੇ ਬਾਅਦ ਨਵੀਂ ਬ੍ਰਾਂਡ ਨਿਊ ਤੁਹਾਡੇ ਨਾਲ ਦੇ ਕਰ ਦਊਂਗਾ ਕਰ ਦਊਂ ਠੀਕ ਹੈ ਇਹ ਭਾਈ ਸਾਹਿਬ ਬਿਲਕੁਲ ਨਵੀਂ ਹੈ ਹਾਂ ਬਿਲਕੁਲ ਨਵੀਂ ਹੈ ਜੀ ਠੀਕ ਹੈ 2023 ਮਾਡਲ ਆ 0 ਮੀਟਰ ਬਿਲਕੁਲ ਜੀ 1570 ਆਪਾਂ ਇਹਦਾ ਰੇਟ ਰੱਖਿਆ ਜੀ ਠੀਕ ਹੈ ਬਾਕੀ ਇੱਕ ਹੁਣ ਵੀਵੋ ਦੇ ਇੱਥੇ ਕਹਿਣਗੇ ਵੀ 0 ਮੀਟਰ ਕਿੱਦਾਂ ਕਰਤਾ ਨਹੀਂ ਇਹਨੇ ਮੀਟਰ ਨਹੀਂ ਛੇੜਦਾ ਨਾਲੇ ਮੈਂ ਬਿਲਕੁਲ ਜੀ ਹਾਂ ਇਹ 'ਚ ਕੋਈ ਸ਼ੱਕ ਨਹੀਂ ਵੀਵਰ ਕਹਿਣ ਦਾ ਹੱਕ ਬਣਦਾ ਉਹ ਦੱਸੂਗਾ ਵੀ ਜ਼ਰੂਰ ਜੋ ਕਿ ਨਹੀਂ ਦੱਸਦਾ ਨਹੀਂ ਦੱਸਦਾ ਠੀਕ ਹੈ ਠੀਕ ਹੈ ਜੀ ਜਦੋਂ ਕਾਰ ਸ਼ੋਰੂਮ 'ਚੋਂ ਤੁਰਦੀ ਆ ਠੀਕ ਹੈ ਉਹ 'ਚ ਇੱਕ ਆਪਸ਼ਨ ਆਉਂਦੀ ਆ ਤੁਸੀਂ ਚਾਹੇ ਉਹ ਸਕਾਰਪੀਓ ਆ ਚਾਹੇ ਜਿਹੜੀ ਮਰਜ਼ੀ ਕਾਰ ਆ ਠੀਕ ਹੈ ਜੀ ਇਹ ਮੇਰੇ ਹਿਸਾਬ ਨਾਲ ਵੀ ਲੋਕਾਂ ਨੂੰ ਘੱਟ ਘੱਟ ਨਹੀਂ 70-80% ਨਹੀਂ ਪਤਾ ਵੀ ਕਿੱਦਾਂ ਹੁੰਦਾ 90% ਨਹੀਂ ਪਤਾ ਭਾਜੀ ਨਹੀਂ ਪਤਾ ਹਾਂਜੀ ਪਹਿਲੀ ਸ਼ੋਰੂਮ 'ਚੋਂ ਕਾਰ ਕਢਾਓ ਠੀਕ ਹੈ ਕਢਾ ਕੇ ਉਹਦੇ 2 ਡੰਡੀਆਂ ਜੀ ਮੀਟਰ ਦੀਆਂ ਠੀਕ ਹੈ ਦੋਨਾਂ ਨੂੰ ਦੱਬ ਕੇ ਰੱਖੋ ਠੀਕ ਹੈ 200 ਕਿਲੋਮੀਟਰ ਤੋਂ ਪਹਿਲਾਂ 199 ਤੇ ਉਹਨੂੰ ਟਿਪ ਕਰ ਦਿਓ ਤੁਹਾਡਾ 200 ਗੈਪ ਠੀਕ ਹੈ ਭਾਈ ਇੱਕੋ ਵਾਰੀ ਹੋ ਸਕਦਾ ਇੱਕੋ ਵਾਰੀ ਉਹ ਆਪਸ਼ਨ ਆਉਂਦੀ ਆ ਸਿਰਫ ਸ਼ੋਰੂਮ ਵਾਸਤੇ ਠੀਕ ਹੈ ਉਹ ਕਿਉਂ ਆਉਂਦੀ ਆ ਵੀ ਜਿੱਦਾਂ ਮੰਨ ਲਓ ਜਲੰਧਰ ਵਾਲੇ ਬੰਦੇ ਦਾ ਸ਼ੋਰੂਮ ਅੰਮ੍ਰਿਤਸਰ ਆ ਉਹਦੇ ਕੋਲ ਇਸ ਟਾਈਮ ਜਲੰਧਰ 'ਚ ਸਟਾਕ 'ਚ ਕਾਰ ਨਹੀਂ ਖੜੀ ਠੀਕ ਹੈ ਉਹਨੇ ਆਪਣੇ ਦੂਜੇ ਸ਼ੋਰੂਮ 'ਚੋਂ ਮੰਗਾਈ ਠੀਕ ਹੈ ਮੰਗਾ ਕੇ ਆਣ ਕੇ ਤੁਹਾਨੂੰ ਡਿਲੀਵਰ ਕਰਨੀ ਆ ਠੀਕ ਹੈ ਡਿਲੀਵਰ ਕਰਨ ਲੱਗਾ ਤੁਸੀਂ ਕਹਿਣਾ ਜੀ ਇਹ ਤਾਂ 100 ਕਿਲੋਮੀਟਰ ਚੱਲੀ ਦੇਤੀ ਤੂੰ ਮੈਨੂੰ ਕਾਰ ਉਹ ਫਾਈਟ ਕਰ ਜਾਂਦਾ ਕਸਟਮਰ ਇਸ ਕਰਕੇ ਉਹਨੂੰ ਆਪਸ਼ਨ ਹੁੰਦੀ ਆ ਕੰਪਨੀ ਵੱਲੋਂ ਵੀ ਤੁਸੀਂ ਪਹਿਲੇ 200 ਕਿਲੋਮੀਟਰ ਨੂੰ ਜ਼ੀਰੋ ਕਰ ਸਕਦੇ ਠੀਕ ਉਹ ਇੱਕ ਵਾਰੀ ਹੀ ਜ਼ੀਰੋ ਹੋਊਗੀ ਦੁਬਾਰਾ ਨਹੀਂ ਹੋਊਗੀ ਦੁਬਾਰਾ ਨਹੀਂ ਹੋਊਗੀ ਠੀਕ ਹੈ ਇਹ ਆਪਸ਼ਨ ਸਾਰੀਆਂ ਕਾਰਾਂ 'ਚ ਹੀ ਆ ਸਾਰੀਆਂ ਕਿਉਂਕਿ ਕਰਦੇ ਆ ਮੇਰੇ ਵੀ ਵੀਰ ਵੀ ਮੈਨੂੰ ਵੀ ਕਮੈਂਟ ਕਰਕੇ ਕਹਿੰਦੇ ਜ਼ੀਰੋ ਕਿੱਦਾਂ ਹੋਗੀ ਜ਼ੀਰੋ ਕਿੱਦਾਂ ਮੈਂ ਤਾਂ ਹੀ ਪੁੱਛ ਲਿਆ ਹਾਂ ਤਾਂ ਹੀ ਪੁੱਛ ਲਿਆ ਚਲੋ ਆਪਾਂ ਕੁਝ ਨਹੀਂ ਲਗਾਉਣਾ ਸਰ ਨਹੀਂ ਨਹੀਂ ਠੀਕ ਹੈ ਚਲੋ ਵਧੀਆ ਕੀਤਾ ਤੇ ਇੱਥੇ ਵੀ ਲੋਨ ਵਗੈਰਾ ਸਾਰਾ ਕੁਝ ਅਵੇਲੇਬਲ ਆ 5,00,000 ਰੁਪਏ ਦਿਓ ਠੀਕ ਹੈ ਗੱਡੀ 2 ਘੰਟੇ 'ਚ ਲੋਨ ਪਾਸ ਕਰਕੇ ਲੈ ਜਾਓ ਠੀਕ ਹੈ ਇਹ ਵੀ ਗਲਤ ਇਹ ਆ ਗਈ 4x4 ਠੀਕ ਹੈ ਵਿਦ ਠੀਕ ਹੈ ਜੀ ਔਰ ਵੀਲ ਸੀਟ ਕਵਰ ਮੈਟਿੰਗ ਮੈਟ ਸਭ ਕੁਝ ਇਹਨੂੰ ਲੱਗਾ 4x4 ਆਟੋ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਉਹ ਇਹ ਆਪਾਂ ਕਾਰ ਦਾ 17,00,000 ਰੁਪਏ ਰੇਟ ਹੈ ਜੀ ਬਾਕੀ ਮਾਨਤਾ ਹੋ ਜੂ ਠੀਕ ਹੈ ਔਰ ਕਾਰ ਚੱਲੀ ਹੈ ਸਿਰਫ 8,000 ਤੇ ਇੱਧਰ ਆ ਜਾਈਏ ਤੇ ਇਹ ਆ ਗਈ ਜੀ 4x4 ਇਹ ਚੱਲੀ ਹੈ ਜੀ 22,000 ਦੇ ਕਰੀਬ ਕਾਰ ਚੱਲੀ ਆ ਠੀਕ ਹੈ ਇਹਨੂੰ ਵੀ ਅੰਦਰ 3 ਆਰਮਰਸ ਲੱਗੇ ਆ ਮੈਟ ਲੱਗੇ ਆ ਸੀਟ ਕਵਰ ਲੱਗੇ ਆ 4x4 ਆ ਆਟੋ ਆ ਬਲੈਕ ਕਲਰ 'ਚ ਅਸੈਸਰੀ ਲੱਗੀ ਹੋਈ ਹੈ ਅਸੈਸਰੀ ਸਾਰੀ ਲੱਗੀ ਆ ਜੀ ਠੀਕ ਹੈ ਇਹ ਵੀ ਆਪਾਂ 17,50,000 ਰੇਟ ਆ ਮੌਕੇ 'ਤੇ ਬੈਠਾਂਗੇ ਮਾਨਤਾ ਕਰਾਂਗੇ ਠੀਕ ਹੈ ਹੁਣ ਐਕਸਪ੍ਰੈਸ ਤੋਂ ਦਿਖਾ ਦਿੰਦੇ ਕਿਉਂਕਿ ਸਾਡੇ ਵੀਰ ਕਈ ਦਸਤਾਰ ਬੰਨਦੇ ਆ ਕੁਛ ਹਾਈਟ ਲੰਬੀ ਆ ਉਹ ਕਹਿੰਦੇ ਯਾਰ ਕੱਢੀ ਛੋਟੀ ਚਾਹੀਦੀ ਆ ਪਰ ਹਾਂ ਬੰਦਾ ਸੈੱਟ ਨਹੀਂ ਆਉਂਦਾ ਵਿੱਚ ਚਾਹੀਦਾ ਆਪਾਂ ਉਹਨਾਂ ਵਾਸਤੇ ਵੀ ਹੁਣ ਖੁੱਲ੍ਹਾ ਡੁੱਲਾ ਸਟਾਕ ਲਿਆਂਦਾ ਜੀ ਠੀਕ ਹੈ ਇਹ 2020 ਮਾਡਲ 42,000 ਕਿਲੋਮੀਟਰ ਚੱਲੀ ਹੈ ਜੀ 4,50,000 ਦਾ ਰੇਟ ਹੈ ਠੀਕ ਹੈ ਠੀਕ ਹੈ ਜੀ ਇਹ ਹੈਗੀ ਜੀ 2022 ਮਾਡਲ VXI+ ਟੌਪ ਮਾਡਲ ਆ ਕਾਰ ਚੱਲੀ ਸਿਰਫ 8,100 5,40 ਦਾ ਆਪਾਂ ਰੇਟ ਰੱਖਿਆ ਜੀ ਠੀਕ ਹੈ ਇੱਕ ਇਹਦੇ ਵਿੱਚ ਇਹ ਹੋ ਗਈ ਆਪਣੇ ਕੋਲ 2020 ਮਾਡਲ ਐਕਸਪ੍ਰੈਸੋ 20,000 ਚੱਲੀ ਆ ਕਾਰ ਸਿਰਫ 4,65 ਦਾ ਰੇਟ ਠੀਕ ਇੱਕ ਆਪਣੇ ਕੋਲ ਆਟੋ 'ਚ ਵੀ ਖੜੀ ਆ ਜੀ ਇਹ ਆਟੋਮੈਟਿਕ ਹੈ 2021 ਮਾਡਲ ਹੈ ਜੀ 14,000 ਕਿਲੋਮੀਟਰ ਕਾਰ ਚੱਲੀ ਆ 5,50,000 ਦਾ ਆਪਾਂ ਰੇਟ ਹੈ ਜੀ ਬਾਕੀ ਮੌਕੇ 'ਤੇ ਮਾਨਦਾਨ ਹੋ ਜੀ ਠੀਕ ਹੈ ਇਹ ਭਾਈ ਸਾਹਿਬ ਹੁਣ ਆਪਾਂ ਵਰਨਾ ਸ਼ੁਰੂ ਕਰਦੇ ਹਾਂ ਜੀ ਇਹ ਕਰ ਲਈਏ ਵੈਨਿਊ ਵੀ ਹੈਗੀ ਵੈਨਿਊ ਤਾਂ 20 ਮਾਡਲ ਹੈ ਜੀ ਠੀਕ ਹੈ ਬਈ ਸਾਰਾ ਕੁਝ ਲਿਖਿਆ ਮੈਂਸ਼ਨ ਕੀਤਾ ਕਿਸੇ ਵੀਰ ਨੂੰ ਆਣ ਕੇ ਇੱਥੇ ਵੀ ਕਈ ਵਾਰੀ ਕਸਟਮਰ ਆਣ ਕੇ ਸਾਡੇ ਵੀਰ ਕਹਿੰਦੇ ਭਾਜੀ ਲੜਕੇ ਨੂੰ ਕਹੋ ਮੈਨੂੰ ਸਮਝਾ ਦੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਠੀਕ ਹੈ ਤੁਸੀਂ ਆਓ
ਸਲਿੱਪ ਦੇਖੋ ਠੀਕ ਹੈ ਜਿਹੜੀ ਤੁਹਾਨੂੰ ਕਾਰ ਜੱਜਦੀ ਆ ਠੀਕ ਹੈ ਤੁਸੀਂ ਮੇਰੇ ਨਾਲ ਬਹਿ ਕੇ ਡੀਲ ਕਰ ਲਓ ਉਹਦੀ ਫੋਟੋ ਖਿੱਚ ਲਓ ਜਾਂ ਸਕਰੀਨਸ਼ਾਟ ਵੀ ਉਹਨਾਂ ਨੂੰ ਵਟਸਐਪ ਕਰ ਸਕਦੇ ਹੋ ਬਿਲਕੁਲ ਕੋਈ ਚੱਕਰ ਨਹੀਂ ਹੈਗਾ ਇਹ ਵੀ i20 ਨਵੀਂ ਸ਼ੇਪ ਦੀ ਹੈ ਜੀ ਠੀਕ ਹੈ ਜੀ ਟੌਪ ਮਾਡਲ ਆ ਸਨਰੂਫ ਵਾਲਾ ਮਾਡਲ ਹੈ ਜੀ ਸਨਰੂਫ ਠੀਕ ਹੈ ਹਾਂਜੀ ਇਹ ਇਸ ਤਰ੍ਹਾਂ ਦੀ ਆਪਸ਼ਨ ਦੇਖੋ i20 'ਚ ਵੀ ਤੁਹਾਨੂੰ ਸਨਰੂਫ ਵੀ ਦੇ ਰਹੇ ਹਾਂ ਸਾਨੂੰ ਤਾਂ ਬਿਨਾਂ ਵੀ ਕਾਰ ਦੇ ਰਹੇ ਹਾਂ ਸਾਰਾ ਕੁਝ ਇਹ ਲਓ ਜੀ ਤੁਹਾਡੇ ਏਰੀਆ ਦੀ ਵੀ ਕਾਰ ਆ ਗਈ ਜੀ ਆਪਣੇ ਕੋਲ ਬਟਾਲੇ ਦੀ ਆ ਗਈ ਹੈ ਬਟਾਲਾ ਠੀਕ ਹੈ ਜੀ 22 ਮਾਡਲ ਹੈ ਜੀ ਠੀਕ ਹੈ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਇਹ ਆ ਗਈ ਜੀ ਵਰਨਾ ਹੁਣ ਵਰਨਾ ਦੀ ਕਿੱਦਾਂ ਬਣਾਈ ਸਾਹਿਬ ਅੱਜ ਕੱਲ੍ਹ ਡਿਮਾਂਡ ਵਰਨਾ ਡਿਮਾਂਡ ਪੂਰੀ ਹੈ ਜੀ ਨਵੀਂ ਕਿ ਪੁਰਾਣੀ ਦੀ ਜ਼ਿਆਦਾ ਵਾ ਪਿਛਲੇ ਦੀ ਆਪਾਂ ਤੁਹਾਨੂੰ ਕਿੰਨੀਆਂ ਮਿਸਲ 15 ਕ ਵਰਨਾ ਦਿਖਾਈਆਂ ਹੈ ਦਿਖਾਈਆਂ ਸੀ ਹਾਂਜੀ ਤੇ ਹੁਣ ਮੇਰੇ ਕੋਲ ਲਗਭਗ 5 ਕ ਸ਼ੇਅਰ ਹੈਗੀਆਂ ਜੀ ਭਾਈ ਸਾਹਿਬ ਵੈਸੇ ਵਿਊਅਰਸ ਲਈ ਇਨਫੋਰਮੇਸ਼ਨ ਲਈ ਵੀ ਕਿੰਨੇ ਕੁ ਦਿਨ ਗੱਡੀ ਆਪਣੇ ਕੋਲ ਘੱਟੋ ਘੱਟ ਖਲੋਤੀ ਰਹਿੰਦੀ ਹੈ ਵੀ ਕਈ ਵਾਰੀ ਬੰਦੇ ਨੂੰ ਹੁੰਦਾ ਕਿ ਕੋਈ ਨਹੀਂ ਯਾਰ ਇਹ ਖਲੋਤੀ ਹੋਊਗੀ ਸਰ ਗੱਡੀ ਦੀ ਚਾਲ ਤੇ ਹੀ ਆ ਠੀਕ ਹੈ ਜੇ ਗੱਡੀ ਵਧੀਆ ਆ ਤੇ 10 ਦਿਨ ਵੀ ਨਹੀਂ ਰੁਕਦੀ ਠੀਕ ਹੈ ਵੱਧ ਚੱਲੀ ਕਾਰ ਜਿਹੜੀ ਆ ਉਹ ਮਹੀਨਾ ਵੀ ਰੁਕ ਜਾਂਦੀ ਮਹੀਨਾ ਵੀ ਰੁਕ ਜਾਂਦੀ ਠੀਕ ਹੈ ਫਿਰ ਵੱਧ ਚੱਲੀ ਵਾਲਾ ਕਸਟਮਰ ਜਿਹੜਾ ਉਹ ਕਹਿੰਦਾ ਜੀ ਮੈਨੂੰ ਘੱਟ ਸਸਤੀ ਚਾਹੀਦੀ ਮੈਨੂੰ ਬਾਹਰੋਂ ਇੰਨੇ ਦੀ ਮਿਲਦੀ ਫਿਰ ਉਹ ਖੜ ਰਿਹਾ ਜਿਹੜਾ ਘੱਟ ਚੱਲੀ ਕਾਰ ਆਣ ਕੇ ਮੰਗਦਾ ਉਹ ਨਹੀਂ ਸਸਤੀ ਲੱਭਦਾ ਕਹਿੰਦਾ ਮੈਨੂੰ ਕਾਰ ਸੋਹਣੀ ਦਿਓ 10,000 ਮਾਰਕੀਟ ਨੂੰ ਮਹਿੰਗੀ ਦੇ ਦਿਓ ਠੀਕ ਹੈ ਇਹ ਹੋਂਡਾ ਮੇਜ ਜੀ ਹੋਂਡਾ ਇਹ ਆਟੋਮੈਟਿਕ ਦੇ ਵਿੱਚ ਆ ਕੀ ਬਾਤ ਹੈ 2018 ਮਾਡਲ ਠੀਕ ਹੈ ਜੀ ਇਹ ਵੀ ਆਟੋਮੈਟਿਕ ਦੇ ਵਿੱਚ ਵਰਨਾ ਜੀ ਠੀਕ ਹੈ ਜੀ ਇਹ ਤਿੰਨੇ ਹੀ ਆਟੋਮੈਟਿਕ ਆਪਣੇ ਕੋਲ ਠੀਕ ਹੈ ਜੀ ਤਿੰਨੇ ਹੀ ਆਟੋਮੈਟਿਕ ਵਰਨਾ ਇਹ ਸਨਰੂਫ ਵਾਲੀ ਆ ਉਹ ਵਿਦਾਊਟ ਸਨਰੂਫ ਉਹ ਵੀ ਸਨਰੂਫ ਆ ਹਨਾ ਜੀ ਤੇ ਇਸ ਕਰਕੇ ਬਾਈ ਤੁਹਾਨੂੰ ਹਰੇਕ ਤਰ੍ਹਾਂ ਦਾ ਸੈਗਮੈਂਟ ਮਿਲ ਜੂਗਾ ਇੱਕ ਹੁਣ ਮੈਂ ਦਿਖਾਉਣਾ ਬਣਾਈ ਸਾਹਿਬ ਹੁਣ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਨੀਟ ਐਂਡ ਨੀਟ ਕੰਡੀਸ਼ਨ ਹੈ ਕਿਉਂਕਿ ਤੁਸੀਂ ਬਾਅਦ ਨਾਰਾਜ਼ ਹੋ ਜਾਂਦੇ ਹੋ ਕਿ ਗੱਡੀ ਬਾਈ ਪੂਰੀਆਂ ਨਹੀਂ ਦਿਖਾਈਆਂ ਤੇ ਇੱਕ ਵਾਰੀ ਸਟਾਕ ਮੈਂ ਕਿਹਾ ਦਿਖਾ ਹੀ ਦਿੰਦੇ ਸਾਰਾ ਕੋਈ ਨਹੀਂ ਇਹਨੂੰ ਲਾਈਟਰ ਵੀ ਮਹਿੰਗੇ ਲੱਗੇ ਆ ਜੀ ਸਨਰੂਫ ਵਾਲਾ ਮੋਡਲ ਆ ਠੀਕ ਹੈ ਜੀ ਸਿਰਫ ਬਾਈ ਤੁਹਾਡੀ ਇਨਫੋਰਮੇਸ਼ਨ ਲਈ ਦਿਖਾ ਰਿਹਾ ਬਾਕੀ ਤੁਸੀਂ ਆਓ ਗੱਲ ਕਰੋ ਆਪਣੇ ਹਿਸਾਬ ਨਾਲ ਚੀਜ਼ ਲੈ ਲਓ ਮੈਂ ਸਿਰਫ ਇਨਫੋਰਮੇਸ਼ਨ ਦੇ ਰਿਹਾ ਬਰੀਜ਼ਾ ਆਪਣੇ ਕੋਲ ਜ਼ਿਆਦਾ ਆਪਾਂ ਇਹਦੇ ਵਿੱਚ ਘੱਟ ਘੱਟ ਆਪਣੇ 15-20 ਮਿੰਟ ਬਰੀਜ਼ਾ 'ਤੇ ਲੱਗ ਜਾਂਦੇ ਮੋਟਾ ਮੋਟਾ ਗਿਣ ਦਿਓ ਇੱਕ ਵਾਰੀ ਮੋਟਾ ਮੋਟਾ ਮੈਂ ਤੁਹਾਨੂੰ ਦੱਸਦਾ ਜੀ ਨਵੀਂ ਸ਼ੇਪ 23 ਮਾਡਲ ਤੋਂ ਲੈ ਕੇ ਠੀਕ ਹੈ ਜੀ ਅਤੇ 17 ਮਾਡਲ ਤੱਕ ਡੀਜ਼ਲ ਐਂਡ ਪੈਟਰੋਲ ਦੋਵੇਂ ਪੂਰਾ ਸਟਾਕ ਤੁਸੀਂ 9870804460 'ਤੇ ਮੈਸੇਜ ਭੇਜੋ ਤੁਹਾਨੂੰ ਸਟਾਕ ਆ ਜੂਗਾ ਉਹਦੇ ਵਿੱਚ ਤੁਸੀਂ ਕਾਰਾਂ ਦੇਖ ਲਿਓ ਕਿਉਂਕਿ ਘੱਟ ਘੱਟ 25 ਆਪਣੇ ਕੋਲ ਕਿੰਨੀਆਂ ਬਰੀਜ਼ਾਂ ਖੜੀਆਂ ਅਤੇ ਭਾਈ ਸਾਹਿਬ ਇੱਕ ਮਾੜਾ ਅੰਦਾਜ਼ਾ ਦੇ ਦਿਓ ਇੱਦਾਂ ਤੁਰੇ ਜਾਂਦੇ ਲਗਭਗ ਜੀ 7.5 ਲੱਖ ਰੁਪਏ ਤੋਂ ਸਟਾਰਟ ਹੋ ਜਾਓ ਠੀਕ ਹੈ ਅਤੇ ਤੁਸੀਂ 13 ਲੱਖ 13.5 ਲੱਖ ਨੂੰ ਪਹੁੰਚ ਜਾਓ ਜੀ 23 ਮਾਡਲ ਤੱਕ ਠੀਕ ਹੈ ਬਰੀਜ਼ਾ ਠੀਕ ਹੈ ਇਹ ਸਾਰੀਆਂ ਬਰੀਜ਼ਾਂ ਜੀ ਲਾਸਟ ਤੱਕ ਨਿਊ ਸ਼ੇਪ ਲੱਗੀ ਲਾਸਟ ਸਾਰੇ ਕਲਰ ਵੇਰੀਐਂਟਸ ਵੀ ਤੁਹਾਨੂੰ ਮਿਲ ਜਾਣਗੇ ਬਾਈ ਸਾਰੇ ਕਲਰ ਵੇਰੀਐਂਟਸ ਪਏ ਨੇ ਮਾਡਲ ਕਿਹੜੇ ਲਾਈਟਰ ਵੀ ਕਾਰਾਂ ਨੂੰ ਵਧੀਆ ਲੱਗੇ ਹੋਣਗੇ ਸਾਰੇ ਲੱਗੇ ਹੋਣਗੇ ਇੱਥੋਂ ਲੈ ਕੇ ਉਹ ਲਾਸਟ ਤੱਕ ਬਰੀਜ਼ਾ ਜੀ ਸਾਰੀਆਂ ਇਹ ਸਾਰੀਆਂ ਬਰੀਜ਼ਾਂ ਹੀ ਖੜੀਆਂ ਨੇ ਬਾਈ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਫੇਰ ਆ ਜਾਓ ਇੱਥੇ ਵੀ ਆਪਣੇ ਕੋਲ 22 ਮਾਡਲ ਤੋਂ ਲੈ ਕੇ ਲਾਸਟ ਤੱਕ 22 ਤੱਕ ਸਾਰੀਆਂ ਇਹ ਕਾਰਾਂ ਚੱਲੀਆਂ ਸਾਰੀਆਂ ਬਰੀਜ਼ਾਂ ਕੋਈ 10,000 ਕੋਈ 15,000 ਕੋਈ 20,000 ਕੋਈ ਕਾਰ 50,000 ਤੋਂ ਉੱਪਰ ਨਹੀਂ ਹੋਊਗੀ ਚਾਹੇ ਉਹ 17 ਮਾਡਲ ਕਿਉਂ ਨਾ ਹੋਵੇ ਠੀਕ ਹੈ ਥੱਲੇ ਹੀ ਹੋਣਗੇ ਸਾਰੇ ਬਿਲਕੁਲ ਜੀ ਠੀਕ ਹੈ ਬਾਈ ਤੇ ਇਸ ਕਰਕੇ ਚੀਜ਼ਾਂ ਦੇ ਸੀਟ ਕਵਰ ਲੱਗੇ ਇੱਥੇ ਹੁਣ ਆ ਗਈਆਂ ਬਲੀਨੋ ਠੀਕ ਉਹ ਵੀ ਇੱਕ ਅੱਧੀ ਨਹੀਂ ਬਾਈ ਤੁਹਾਨੂੰ ਇਸੇ ਕਿੰਨੀਆਂ ਮਿਲਣਗੀਆਂ ਮੈਂ ਤੁਹਾਨੂੰ ਇੱਥੋਂ ਦਿਖਾਉਣਾ ਇੱਕ ਮਿੰਟ ਇਧਰੋਂ ਗੇੜਾ ਮਰਾ 18 ਮਾਡਲ ਸਿਰਫ 20,000 ਦੀ ਪਹਿਲੀ ਤੇ ਗੱਲ ਆ ਵੀ ਤੁਸੀਂ ਗਿਣ ਸਕਦੇ ਹੋ ਵੀ ਇੱਕ ਮਾਡਲ ਦੇ ਵਿੱਚ ਤੁਹਾਨੂੰ ਕਿੰਨੀਆਂ ਲੱਗਣੀਆਂ ਦੇਖੋ ਸਰ ਹਾਂ ਮਤਲਬ ਕਿੰਨੀਆਂ ਆਪਾਂ ਇਹ ਨਹੀਂ ਵੀ ਘਰੋਂ ਤੁਸੀਂ ਬਲੀਨੋ ਲੈਣਾ ਹੈ ਤੁਹਾਨੂੰ ਕਲਰ ਹੀ ਨਹੀਂ ਲੱਭਾ ਸਾਰੇ ਨਹੀਂ ਲੱਭਾ ਵਾਈਟ ਗ੍ਰੇ ਹਾਂ ਸਿਲਵਰ ਸਾਰੇ ਕਲਰ ਤਰ੍ਹਾਂ ਦੇ ਕਲਰ ਸਾਰੇ ਕਲਰ ਨੇ ਤੇ ਯਾਨੀ ਜਿੰਨੇ ਕਲਰ ਕੰਪਨੀ ਦੇ ਵਿੱਚ ਆ ਗਏ ਆਪਣੇ ਕੋਲ ਖੜੇ ਆ ਨਾਲੇ ਇੱਕ ਆਪਸ਼ਨ ਵੇਖੋ ਕਿੰਨੀਆਂ ਵਧੀਆ ਮਿਲ ਰਹੀਆਂ ਤੁਹਾਨੂੰ ਇੱਥੇ ਨਾ ਸਾਰੀਆਂ ਮਿਲ ਰਹੀਆਂ ਨੇ ਤੇ ਬਸ ਇਹ ਆ ਵੀ ਗੱਡੀ ਸੋਚ ਕੇ ਆਇਓ ਵੀ ਗੱਡੀ ਲੈਣੀ ਆ ਬਸ ਇਸ ਕਰਕੇ ਇਦਾਂ ਦੀ ਜਿਹੜੀ ਚੀਜ਼ਾਂ ਨੇ ਇੱਥੇ ਭੰਡਾਰੀ ਬਿਆਰੇ ਤੁਹਾਨੂੰ ਵੇਖ ਸਕਦੀਆਂ ਨੇ ਸਾਰਾ ਕੁਝ ਬਾਈ ਇੱਥੇ ਲਿਖਿਆ ਹੁੰਦਾ ਕਿੰਨੀ ਚੱਲੀ ਹੈ ਕਿਹੜਾ ਮਾਡਲ ਹੈ ਪੈਟਰੋਲ ਡੀਜ਼ਲ ਕਿੰਨੇ ਦੀ ਹੈਗੀ ਹੈ ਕਿਹੜੀ ਚਾਬੀ ਨੋਟ ਹੈ ਜੀ ਸਾਰਾ ਕੁਝ ਲਿਖਿਆ ਹੁੰਦਾ ਸੈਸਰੀ ਦਾ ਵੀ ਨਾਲ ਲਿਖਿਆ ਹੋਏਗਾ ਜੋ ਨਿੱਕੀ ਮੋਟੀ ਸੈਸਰੀ ਵੀ ਲੱਗੀ ਹੋਏਗੀ ਦੇਖੋ ਉਹ ਵੀ ਨਾਲ ਲਿਖਿਆ ਹੈ ਉਹ ਵੀ ਸਾਰਾ ਕੁਝ ਲਿਖਿਆ ਹੁੰਦਾ ਜੀ ਤੇ ਇਸ ਕਰਕੇ ਸਭ ਤੋਂ ਟੌਪ ਵਾਲਾ ਮਾਡਲ ਆ ਜੋ ਕਿ ਇਸ ਵਕਤ 11.5-12 ਲੱਖ ਰੁਪਏ ਦੀ ਕਾਰ ਪੈ ਰਹੀ ਠੀਕ ਹੈ ਜੀ ਇਹ ਆਈ ਇਹਦੇ ਵਿੱਚ ਦੇਖੋ ਜਿੱਦਾਂ ਐਕਸਪੀਰੀਅੰਸ ਸਭ ਤੋਂ ਨਹੀਂ ਕੈਮਰੇ ਹੁੰਦੇ ਹਾਂ ਉਹ ਵੀ ਲੱਗੇ ਜੀ ਇਹਦੇ ਵਿੱਚ ਸਭ ਤੋਂ ਟੌਪ ਵਾਲਾ ਮਾਡਲ ਹੈ ਸਭ ਟੌਪ ਵਾਲਾ ਮਾਡਲ ਔਰ ਇਹ ਹੋ ਗਿਆ ਜੀ ਹੁਣ ਹੋਂਡਾ ਅਮੇਜ਼ ਸ਼ੁਰੂ ਜੀ ਸਾਰੀਆਂ ਅਮੇਜ਼ ਅੱਛਾ ਸਾਰੀਆਂ ਅਮੇਜ਼ ਹੀ ਖੜੀਆਂ ਨੇ ਸਾਰੀਆਂ ਅਮੇਜ਼ ਆ ਵਿਦ ਡਿੱਗੀ ਵਿੱਚ ਵੀ ਆਟੋਮੈਟਿਕ ਵੀ ਦਵਾਂਗੇ ਠੀਕ ਹੈ ਔਰ ਕਲਰ ਦੀ ਚੋਇਸ ਵੀ ਸਾਰੀ ਦਦਾ ਠੀਕ ਹੈ ਇਹ ਆਪਣੇ ਕੋਲ ਦੇਖੋ 1, 2, 3, 4, 5 ਕਲਰ ਖੜੇ 5 ਕਲਰ ਖੜੇ ਆ ਤੇ ਇਹ ਵੀ ਬਾਈ ਤੁਸੀਂ ਅੰਦਾਜ਼ਾ ਜਿਹਾ ਦੇਖ ਸਕਦੇ ਹੋ ਵੀ ਕਿੰਨੇ ਤੋਂ ਸ਼ੁਰੂ ਹੁੰਦੀਆਂ ਨੇ ਮਤਲਬ ਤੁਹਾਨੂੰ ਭੰਡਾਰੀ ਕਾਰਵਾਈ ਜਿਹੜੀ ਇੱਕ ਚੀਜ਼ ਮਿਲੂਗੀ ਤੇ ਉਹ ਬਲਕ 'ਚ ਹੀ ਮਿਲੂਗੀ ਮਤਲਬ ਇਦਾਂ ਨਹੀਂ ਵੀ ਬਾਈ ਮਾਡਲ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵੀ ਇੱਥੇ ਤੁਹਾਨੂੰ ਫਾਇਦਾ ਕੀ ਆ ਆਉਣ ਦਾ ਇੱਥੇ ਆਉਣ ਦਾ ਇਹ ਫਾਇਦਾ ਵਾ ਕਿ ਤਾਂ ਤੁਸੀਂ ਕਿਸੇ ਬੰਦੇ ਕੋਲ ਹੋਰ ਵੀ ਜਾਓ ਕੋਈ ਇੱਕੋ ਗੱਡੀ ਹੁੰਦੀ ਆ ਖੜੀ ਇੱਥੇ ਤੁਹਾਨੂੰ ਇੱਕ ਗੱਡੀ ਦੇ ਵਿੱਚ ਕਲਰ ਵੇਰੀਐਂਟਸ ਮਾਡਲ
ਠੀਕ ਹੈ। ਇਸ ਕਰਕੇ ਤੁਹਾਨੂੰ ਹਰੇਕ ਕਲਰ ਇੱਥੇ ਮਿਲ ਜੂਗਾ। ਉਹਦੇ ਵਿੱਚ ਗ੍ਰੇ ਕਲਰ ਆ ਗਿਆ ਜੀ, 2020 ਮਾਡਲ ਆ, 30,000 ਕਿਲੋਮੀਟਰ ਕਾਰ ਚੱਲੀ ਸਾਰੀ। ਇਹ ਬਲੈਕ ਆ ਗਿਆ? ਨਹੀਂ ਜੀ, ਬਲੈਕ ਨਹੀਂ, ਸਾਰੇ ਫੌਜੀ ਕਲਰ ਆ ਗਿਆ। ਫੌਜੀ ਕਲਰ ਆ ਗਿਆ, ਠੀਕ ਹੈ। 2021 ਮਾਡਲ ਆ, 20,000 ਕਿਲੋਮੀਟਰ ਕਾਰ ਚੱਲੀ। ਠੀਕ ਹੈ ਜੀ। ਇਹ 2020 ਮਾਡਲ ਹੈ ਜੀ। ਠੀਕ ਹੈ ਜੀ। ਇਹ 39,000 ਚੱਲੀ ਆ। ਇਹ ਦੇਖੋ, ਇਹਦੇ ਵਿੱਚ ਵੀ ਪੁਸ਼ ਬਟਨ ਸਟਾਰਟ, ਅਲਾਈਟ ਆਰ ਐਕਸਟਰਾ, ਸੀਟ ਕਵਰ ਦੇਖੋ ਕਿੰਨੇ ਵਧੀਆ। ਦੇਖੋ ਹਰ ਚੀਜ਼ ਕਾਰ ਦੀ ਕੁਆਲਿਟੀ ਹੋਏਗੀ। ਇਹ ਆਟੋਮੈਟਿਕ ਦੇ ਵਿੱਚ, ਠੀਕ ਹੈ, ਆਟੋਮੈਟਿਕ, ਠੀਕ ਹੈ। ਸਾਰੇ ਤਰ੍ਹਾਂ ਦੀ ਮਿਲ ਜਾਣਗੇ ਤੁਹਾਨੂੰ ਆਟੋਮੈਟਿਕ ਵੀ? ਆਟੋਮੈਟਿਕ ਦੇ ਤੁਹਾਨੂੰ ਵਾਈਟ ਕਲਰ ਵੀ ਮਿਲ ਜੂ, ਗ੍ਰੇ ਵੀ ਮਿਲ ਜੂ, ਕਾਫੀ ਵੀ ਮਿਲ ਜੂ, ਸਾਰੇ ਮਿਲ ਜਾਣਗੇ, ਵੱਲ ਅਲੱਗ ਅਲੱਗ ਕਲਰ ਮਿਲ ਜਾਣਗੇ, ਮਿਲ ਜਾਣਗੇ। ਠੀਕ ਹੈ ਜੀ। ਇਧਰ ਆ ਜਾਈਏ, ਹੁਣ ਸਵਿਫਟਾਂ ਆ ਗਈਆਂ ਸਾਰੀਆਂ, ਨਵੇਂ ਪੁਰਾਣੀਆਂ ਦੋਵੇਂ? ਇਹ ਸਰ ਸਿਰਫ ਨਵੀਂ ਸ਼ੇਪ ਦੀਆਂ ਸਵਿਫਟਾਂ ਉਦ ਤੱਕ, ਇੱਧਰ ਪੁਰਾਣੀ ਸ਼ੇਪ ਦੀਆਂ ਜੀ। ਇੱਧਰ ਪੁਰਾਣੇ ਵਾਲੇ ਆ ਗਏ ਬਾਈ। ਇਹ ਵੀ ਤੁਸੀਂ ਦੇਖੋ ਕਿੰਨੇ ਤੁਹਾਨੂੰ ਇੱਥੇ ਲਾਈਕ ਇਸ ਚੀਜ਼ ਦੀ ਫੈਸਿਲਿਟੀ ਮਿਲਦੀ। ਇਹਦੇ ਵਿੱਚ ਵੀ ਕਲਰ ਦੇਖੋ, ਆਪਾਂ ਤੁਹਾਨੂੰ ਚਾਰ ਕਲਰ ਦੇ ਦਿੱਤੇ ਜੀ। ਠੀਕ ਹੈ, ਮਤਲਬ ਵਾਈਟ ਇੱਕ, ਦੋ, ਤਿੰਨ ਅਤੇ ਸਿਲਵਰ ਚਾਰ। ਠੀਕ, ਸਵਿਫਟ ਦੇ ਵਿੱਚ ਵੀ ਮਾਡਲ ਵੀ ਸਾਰੇ ਦੇ ਦਿੱਤੇ ਅਤੇ ਕਲਰ ਵੀ ਅਲੱਗ ਅਲੱਗ ਕਲਰ ਦੇ ਦਿੱਤੇ। ਇਹ ਵੀ ਗੱਲ ਹੈ। ਬਾਕੀ ਬਾਈ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੀ ਟੋਕਨ ਮਨੀ ਪਾ ਕੇ ਗੱਡੀ ਬੁੱਕ ਕਰ ਸਕਦੇ ਹੋ, ਬਾਕੀ ਆਣ ਕੇ ਗੱਲ ਕਰ ਲਿਓ ਜੇ ਕੋਈ ਟੈਨਸ਼ਨ ਹੋਵੇ। ਅਤੇ ਬਾਕੀ ZXI ਮਾਡਲ ਆ ਗਿਆ ਜੀ 2020। ਠੀਕ ਹੈ ਜੀ, ਟੋਪ ਮਾਡਲ ਆ। ਠੀਕ ਹੈ, ਇਹ ਆ, ਇਹ ਵੀ 2020 VXI ਆ ਗਿਆ ਜੀ। ਠੀਕ ਹੈ, ਇਹ ਹੋ ਗਈ ਜੀ ਸੋਲਡ ਕਾਲ ਕਰਕੇ ਵੀ ਸੋਲਡ ਆਊਟ, ਹੈ ਨਾ ਜੀ। ਅਤੇ ਇਹ ਇੱਕ i10 ਉਹ ਖੜੀ ਹੈ, ਇਹ ਕੇਟਨ ਹੈ ਜੀ, ਆਟੋਮੈਟਿਕ। ਆਟੋਮੈਟਿਕ, ਅੱਛਾ। ਔਰ ਮੇਰੇ ਹਿਸਾਬ ਨਾਲ ਬਹੁਤ ਘੱਟ, 90% ਕਿਸੇ ਵੀ ਭਰਾ ਕੋ ਡੀਲਰ ਕੋ ਕਾਰ ਨਹੀਂ ਆਟੋ ਖੜੀ। ਇਹ ਆਟੋਮੈਟਿਕ 19 ਮਾਡਲ ਆ ਅਤੇ ਕਾਰ ਚੱਲੀ 28,000, 460 ਦਾ ਰੇਟ ਆ, ਬਾਕੀ ਮੌਕੇ 'ਤੇ ਮੰਤਨ ਹੋ ਜਾਏਗਾ। ਠੀਕ ਹੈ, ਇਹ ਆ ਗਈ ਜੀ ਡਿਜ਼ਾਇਰ। ਠੀਕ ਹੈ, 65 ਨੰਬਰ ਦੀ 2022 ਮਾਡਲ ਹੈ ਜੀ, 4,000 ਚੱਲੀ ਹੈ ਜੀ, 4,000 ਚੱਲੀ। ਠੀਕ ਹੈ, ਇਹ ਡੀਜ਼ਲ ਦੇ ਵਿੱਚ ਡਿਜ਼ਾਇਰ ਆ ਗਈ ਜੀ, 2015 ਮਾਡਲ ਜੀ, ਇਹ 59,000 ਕਿਲੋਮੀਟਰ ਕਾਰ ਆਉਣੀ ਆ। ਠੀਕ ਹੈ ਜੀ, ਇਹ ਆ ਗਈ 2018 ਮਾਡਲ ਜੀ ਡਿਜ਼ਾਇਰ, ਇਹ ਵੀ ਡੀਜ਼ਲ ਦੇ ਵਿੱਚ। ਠੀਕ ਹੈ, ਇਹਦੇ ਵਿੱਚ ਦੇਖੋ ਅੰਦਰੋਂ ਤੁਸੀਂ ਦੇਖੋ, ਕੋਈ ਜਾ ਕੇ ਤੁਹਾਨੂੰ ਕੋਈ ਰੁਪਈਆ ਲਾਉਣਾ ਨਹੀਂ ਪਏਗਾ। ਸੀਟ ਕਵਰ, ਮੈਟਿੰਗ, ਮੈਟ, ਹਰ ਚੀਜ਼ ਕਾਰ ਦੀ ਓਕੇ ਆ। ਠੀਕ ਹੈ, ਕੋਟਿੰਗ ਆਪਾਂ ਕੰਪਲੀਮੈਂਟਰੀ ਕਰਕੇ ਦਿੰਦੇ ਹਾਂ ਸਰ, ਮੈਂ ਤੁਹਾਨੂੰ ਹੁਣੇ ਵੀ ਦਿਖਾ ਦਾਂਗਾ ਮੇਰੇ ਕੰਪਲੀਮੈਂਟਰੀ ਕਰਕੇ ਦਿੰਦੇ ਹਾਂ ਨਾ। ਹਾਂ, 2012 ਮਾਡਲ ਹੈ ਜੀ, ਸਿਰਫ 30,000 17 ਮਾਡਲ ਆ, 30,000 ਕਿਲੋਮੀਟਰ ਕਾਰ ਚੱਲੀ ਸਰ, ਚੱਲੀ ਆ। ਠੀਕ ਹੈ, ਇਹ ਵੀ ਭਾਈ ਤੁਸੀਂ ਦੇਖ ਸਕਦੇ ਹੋ, ਇਹ ਆ ਗਈ ਜੀ 2016 ਮਾਡਲ ਜੀ। ਠੀਕ ਹੈ, ਠੀਕ ਹੈ, ਇਹ ਆ ਗਈ 2015 ਮਾਡਲ ਜੀ, ਹੈ ਵੀ ਡਾਕਟਰ ਡਰੀਮ। 12 ਮਾਡਲ ਤੋਂ ਲੈ ਕੇ 22 ਮਾਡਲ ਤੱਕ ਸਵਿਫਟਾਂ ਅਤੇ ਡਿਜ਼ਾਇਰਾਂ, ਠੀਕ ਹੈ, ਸਾਰੀਆਂ ਆਪਣੇ ਕੋਲ ਖੜੀਆਂ ਜੀ। ਠੀਕ ਹੈ, ਅਤੇ ਭਨਾਰੀ ਸਾਹਿਬ ਕੋਈ ਹੋਰ ਚੀਜ਼ ਵਿਊਵਰਸ ਨੂੰ ਕਹਿਣਾ ਚਾਹੁੰਦੇ ਹੋ? ਸਟਾਕ ਆਲਮੋਸਟ ਕਵਰ ਹੋ ਗਿਆ, ਵਲੌਗ ਬਹੁਤ ਲੰਬਾ ਹੋ ਗਿਆ ਵੈਸੇ, ਅਤੇ ਖਤਮ ਕਰ ਦਈਏ। ਬਿਲਕੁਲ ਜੀ, ਔਰ ਥੈਂਕਸ ਕਰਦੇ ਹਾਂ ਪਹਿਲੀ ਵੀਡੀਓ ਦੇ ਵਿੱਚ, ਪਿਛਲੀ ਵੀਡੀਓ ਜੇ ਕੋਈ 1.5 ਮਹੀਨੇ ਪਹਿਲਾਂ ਪਾਈ ਸੀ, ਔਰ ਭਰਾਵਾਂ ਸਾਡੇ ਨੇ ਬਹੁਤ ਸਾਰਾ ਪਿਆਰ ਦਿੱਤਾ, ਔਰ ਆਪਾਂ ਆਸ ਕਰਦੇ ਵੀ ਸਾਡੇ ਭਰਾ ਇਹ ਤੋਂ ਵੀ ਵੱਧ ਸਾਡੇ ਨਾਲ ਪਿਆਰ ਕਰਨਗੇ। ਔਰ ਮੈਂ ਤੁਹਾਨੂੰ ਇਹ ਪੱਕਾ ਸ਼ੋਰਟ ਹੀ ਦਿੰਦਾ ਵੀ ਮੈਂ ਜਿੱਦਾਂ ਦੀਆਂ ਕਾਰਾਂ ਲਿਆ ਕੇ ਦਿੰਦਾ, ਇਹ ਤੋਂ ਵੀ ਵਧੀਆ ਲਿਆ ਕੇ ਦੇਵਾਂਗਾ। ਠੀਕ ਹੈ, ਅਤੇ ਬਾਕੀ ਬਾਈ ਤੁਹਾਡੀ ਕਿਸੇ ਦੀ ਕੋਈ ਡਿਮਾਂਡ ਹੋਵੇ, ਸਪੈਸ਼ਲ ਕਾਰ ਦੀ ਹੋਵੇ, ਕੋਈ ਲਗਜ਼ਰੀ ਸੈਗਮੈਂਟ ਦੀ ਵੀ ਹੋਵੇ, ਉਹ ਵੀ ਤੁਸੀਂ ਨਿਸ਼ਚਿੰਤ ਹੋ ਕੇ ਭਨਾਰੀ ਸਾਹਿਬ ਕੋਲ ਡਿਮਾਂਡ ਕਰ ਸਕਦੇ ਹੋ, ਤੁਹਾਡੀ ਉਹ ਵੀ ਪੂਰੀ ਕਰਨਗੇ। ਹਾਂ, ਕਿਸੇ ਨੂੰ ਕੋਈ ਨਵੀਂ ਗੱਡੀ ਚਾਹੀਦੀ ਹੈ, ਕਿਤੋਂ ਕੰਪਨੀ 'ਚੋਂ ਨਹੀਂ ਮਿਲ ਰਹੀ, ਤੁਹਾਨੂੰ ਵੇਟਿੰਗ ਚੱਲ ਰਹੀ ਹੈ, ਤਾਂ ਭਾਜੀ ਨਾਲ ਗੱਲ ਕਰੋ। ਇਹ ਚੀਜ਼ ਤੁਸੀਂ ਆਣ ਕੇ ਗੱਲ ਕਰੋ, ਮੈਂ ਸਵੇਰੇ ਆ ਜਾਓ, ਮੇਰੇ ਕੋਲ 10 ਵਜੇ, ਮੈਂ ਸ਼ਾਮ ਤੱਕ 6 ਵਜੇ ਤੱਕ ਤੁਹਾਨੂੰ ਕਾਰ ਡਿਲੀਵਰ ਕਰ ਦਾਂਗੇ। ਇਸ ਕਰਕੇ ਉਹ ਵੀ ਚੀਜ਼ ਹੈਗੀ ਹੈ, ਅਤੇ ਉਮੀਦ ਹੈ ਕਿ ਤੁਹਾਨੂੰ ਇਹ ਵੀ ਵਲੌਗ ਵਧੀਆ ਲੱਗਿਆ ਹੋਊ, ਅਤੇ ਵਲੌਗ ਸਾਰਾ ਦੇਖਿਆ ਕਰੋ, ਕਿਉਂਕਿ ਅਸੀਂ ਸਾਰੇ ਇਹ 'ਚ ਚੀਜ਼ ਸਟੋਕ ਪਾਉਂਦੇ ਹਾਂ। ਅਤੇ ਹੋਰ ਜ਼ਿਆਦਾ ਡਿਟੇਲ ਵਾਸਤੇ ਵੇਖਣਾ ਚਾਹੁੰਦੇ ਤਾਂ ਭੰਡਾਰੀ ਕਾਰ ਵਿਆਹ ਦਾ ਇੱਕ ਫੀਚਲੀ ਯੂਟਿਊਬ ਚੈਨਲ ਵੀ ਹੈਗਾ, ਇੰਸਟਾਗ੍ਰਾਮ ਵੀ ਹੈਗਾ, ਉੱਥੇ ਬਾਈ ਹੁਣੀ ਅਪਡੇਟ ਪਾਉਂਦੇ ਰਹਿੰਦੇ ਆ। ਅਤੇ ਬਾਕੀ ਬਾਈ ਨੇ ਦੱਸ ਦਿੱਤਾ ਵੀ ਕਿੰਨੇ ਤੋਂ ਕਿੰਨੇ ਅਵੇਲੇਬਲ ਆ, ਅਤੇ ਮਸਟ ਵਿਜ਼ਿਟ, ਅਤੇ ਆਪਣੀ ਮਰਜ਼ੀ ਦੀ ਚੋਇਸ ਕਰਕੇ ਗੱਡੀ ਲੈ ਕੇ ਜਾਓ। ਅਤੇ ਭੰਡਾਰੀ ਸਾਹਿਬ ਥੈਂਕ ਯੂ ਸੋ ਮਚ ਜੀ, ਅਤੇ ਕਿਉਂਕਿ ਬਲਾਦਾ ਲੰਬੇ ਹੋ ਜਾਂਦੇ ਆ ਵਲੌਗ, ਅਤੇ ਵਿਊਵਰ ਫਿਰ ਚੱਲ ਵੇਖਦੇ ਸਾਰੇ ਨੇ। ਅਤੇ ਬਾਕੀ ਥੈਂਕ ਯੂ ਸੋ ਮਚ, ਚੈਨਲ ਜ਼ਰੂਰ ਫੋਲੋ ਕਰ ਲਿਓ, ਮਿਲਦੇ ਹਾਂ ਹੋਰ ਨਵੇਂ ਅਪਡੇਟਸ ਲੈ ਕੇ। ਬਾਏ, ਟੇਕ ਕੇਅਰ।